स्वागत है जी थोड़ा मुड़ तो रेडियो विरसा NZ 107 FM प्रोग्राम भख दे मसले विच आपां समां जिहड़ा अपना वह हो गया आ ज्ञानी लखवीर सिंह उन्हां नाल गल करने दा 3:16-15 होए जी साडे को इस वेले ते आपां सूरज प्रकाश दे संबंध विच उन्हां नाल गल कर लईए ते उदू बाद फिर जिहड़ी अगली गलबात आ ओ आपां ब्रेक जिहड़ी लवांगे उदू बाद मुड़ के ये जिहड़ा धालीवाल नूं सुणदे सी आपां सिक्स फॉर जस्टिस वालिआं नूं उहदे उत्ते गल जिन्ना भी समां होया साडे कोल उहदे उत्ते गलबात करांगे ते कोई होवे विचार करनी किसी ने ते उन्हां नूं बेनती है जी भई वह जरूर साडे स्टूडियो दे नंबरां दे उत्ते जे विशे नाल संबंधित जिहड़ी गल आ उहदे उत्ते गल करिओ ठीक है जी ते ताकि आपां नहीं जी नंबर दे विच मैनू लगदा मेरे कोलों कुछ हो रहा है ते आपां कोशिश करदे आ दुबारा नंबर आ नंबर आ जी हुण ठीक होना चाहीदा ते ਜਿਹੜੇ ਸਟੂਡੀਓ ਦੇ ਨੰਬਰ ਆ ਅਸੀਂ ਦੱਸ ਦਿੰਦੇ ਹੁੰਦੇ ਹਾਂ 2770107 ਅਤੇ 2770108 ਹਾਂਜੀ ਉਹਨਾਂ ਨੰਬਰਾਂ ਦੇ ਉੱਤੇ ਕਦੇ ਵੀ ਤੁਸੀਂ ਗੱਲ ਜਿਹੜੀ ਆ ਹੁਣ ਅਜੇ ਤਾਂ ਰੁਕੇ ਹੀ ਜਾਇਓ ਕਿਉਂਕਿ ਭਾਈ ਸਾਹਿਬ ਹੁਣੀ ਗੱਲ ਕਰਨੀ ਉਦੋਂ ਬਾਅਦ ਆਪਾਂ ਹਾਂਜੀ ਠੀਕ ਹੈ ਜੀ ਸਾਡੇ ਨਾਲ ਭਾਈ ਸਾਹਿਬ ਜੀ ਹੋ ਗਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ ਤੇ ਸਰੋਤੇ ਸੁਣ ਰਹੇ ਤੁਹਾਨੂੰ ਠੀਕ ਆ ਜੀ ਮਿਹਰਬਾਨੀ ਜੀ ਕਰੀਏ ਵਿਚਾਰ ਜੀ ਮੈਨੂੰ 15-20 ਮਿੰਟ ਹੋਏ ਸੀਗੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਮੈਂ ਹਾਂਜੀ ਤੇ ਤੁਹਾਡਾ ਕਾਫੀ ਜਿੱਦਾਂ ਸੀਰੀਅਸ ਮਸਲਾ ਜਿਹੜਾ ਚੱਲ ਰਿਹਾ ਸੀਗਾ ਹਾਂਜੀ 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 ਤੇ ਮੈਂ ਤਾਂ ਚਾਹੁੰਦਾ ਸੀਗਾ ਵੀ ਉਦੋਂ ਤੁਸੀਂ ਮੁਕਾ ਹੀ ਲੈਂਦੇ ਬਾਅਦ 'ਚ ਕਰਦੇ ਪਰ ਮੈਂ ਮੈਸੇਜ ਭੇਜ ਚੁੱਕਾ ਸੀ ਪਹਿਲਾਂ ਤੁਹਾਨੂੰ ਹਾਂ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਉਹ ਵੀ ਆਪ ਸਾਡੇ ਕੋਲ ਜਿੰਨਾ ਕੁ ਟਾਈਮ ਹੋਣਾ ਗੱਲਾਂ ਤਾਂ ਜਿਹੜੀਆਂ ਅਸੀਂ ਉਹਨੂੰ ਕਹਿਣੀਆਂ ਕਹਿ ਦਿੱਤੀਆਂ ਆ ਉਹ ਤਾਂ ਹੁਣ ਉਹਨਾਂ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਆ ਵੀ ਉਹ ਜੇ ਜੇ ਜ਼ਰੂਰ ਆਪਣੀ ਜਿਹੜੀ ਗੱਲ ਆ ਉਹ ਜਿਸ ਵੀ ਮਾਧਿਅਮ ਰਾਹੀਂ ਹੈਗੀ ਆ ਦੱਸਣ ਉਹ ਹਨਾ ਬਿਲਕੁਲ ਬਿਲਕੁਲ ਜੀ ਹਾਂਜੀ ਹਾਂ ਤਾਰ ਲੱਗੀ ਹੋਈ ਠੀਕ ਤੁਹਾਡੀ ਹਾਂਜੀ ਹਾਂਜੀ ਚਲ ਮੈਂ ਕਿ ਮੇਕ ਸ਼ੋਰ ਖਾ ਨਹੀਂ ਨਹੀਂ ਹੁਣ ਹੁਣ ਨਹੀਂ ਉਹ ਕਰਦੇ ਅਸੀਂ ਉਹ ਗਲਤੀ ਜਿਹੜੀ ਆ ਪਹਿਲਾਂ ਹੁੰਦੀ ਰਹੀ ਹਾਂਜੀ ਆਪਾਂ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈਗਾ ਉਹਨੂੰ ਆਪਾਂ ਪਿਛਲੇ ਤਕਰੀਬਨ ਮੇਰਾ ਖਿਆਲ ਅੱਜ 17-ਵਾਂ ਐਪੀਸੋਡ ਹੈ ਆਪਣਾ ਹਾਂਜੀ ਸੀਰੀਜ਼ ਤਾਂ ਮੈਂ ਕੋਈ ਹੋਰ ਸ਼ੁਰੂ ਕਰਨੀ ਚਾਹੁੰਦਾ ਸੀਗਾ ਪਰ ਆਪਾਂ ਨੂੰ ਸ਼ੁਰੂ 'ਚ ਕਿਸੇ ਨੇ ਆਖਿਆ ਸੀਗਾ ਇਸ ਵਾਸਤੇ ਮੈਂ ਉਹ ਟੋਪਿਕ ਮੈਂ ਕਹੇ ਸ਼ੁਰੂ ਕਰਨ ਤੋਂ ਪਹਿਲਾਂ ਇਹ ਲੈ ਲਈਏ ਆਪਾਂ ਠੀਕ ਹੈ ਜੀ ਖਾਸ ਕਰਕੇ ਜਿਹੜੇ ਸੰਪਰਦਾਇ ਲੋਕ ਆ ਜਾਂ ਜਿਹੜੇ ਇਸ ਗ੍ਰੰਥ ਨੂੰ ਇਤਿਹਾਸਕ ਸਰੋਤ ਮੰਨਦੇ ਆ ਇਹਦਾ ਅੱਖਰ ਸਹੀ ਮੰਨਦੇ ਆ ਹਾਂਜੀ ਉਹਨਾਂ ਵਾਸਤੇ ਜਿਹੜੀ ਆਪਾਂ ਗੱਲ ਕਰਨੀ ਹੈ ਬੜੀ ਕੰਮ ਦੀ ਗੱਲ ਹੈ ਅੱਜ ਕਰਕੇ ਠੀਕ ਹੈ ਜੀ ਉਹਨਾਂ ਵਾਸਤੇ ਤਾਂ ਜ਼ਰੂਰੀ ਹੈ ਵੀ ਹੋ ਸਕੇ ਤਾਂ ਰਿਕਾਰਡ ਕਰਕੇ ਰੱਖ ਲੈਣਾ ਆਪਣੇ ਕੋਲ ਸਾਂਭ ਕੇ ਰੱਖਣ ਬਿਲਕੁਲ ਜੀ ਕਿਉਂਕਿ ਇਹ ਬੜੀ ਵਧੀਆ ਹੋਮ ਰੈਮਡੀ ਹੈ ਜਿਹੜੀ ਕਵੀ ਸੰਤੋਖ ਸਿੰਘ ਨੇ ਦਿੱਤੀ ਹੋਈ ਹੈ ਇਹਦੇ 'ਚ ਠੀਕ ਹੈ ਜੀ ਖਾਸ ਕਰਕੇ ਜਿਹੜੀ ਆਪਾਂ ਗੱਲ ਕੀਤੀ ਸੀ ਤੇਈਏ ਤਾਪ ਦੀ ਕਥਾ ਜਿਹੜੀ ਆ ਤੇ ਉਹ ਆਪਾਂ ਸੰਖੇਪ ਦੇ ਵਿੱਚ ਥੋੜੀ ਜਿਹੀ ਪਹਿਲਾਂ ਜ਼ਿਕਰ ਕਰ ਲੈਣੇ ਉਹਦਾ ਜਿਸ ਤਰੀਕੇ ਦੇ ਨਾਲ ਇਹਨੇ ਉਹ ਕਥਾ ਲਿਖੀ ਆ ਠੀਕ ਹੈ ਜੀ ਔਰ ਉਸ ਤੋਂ ਬਾਅਦ ਫੇਰ ਗੁਰਮਤ ਦੀ ਕਸਵੱਟੀ ਦੇ ਉੱਤੇ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਗੁਰਬਾਣੀ ਦੇ ਸਿਧਾਂਤਾਂ ਦੇ ਉੱਤੇ ਇਹ ਕਥਾ ਜਿਹੜੀ ਹੈਗੀ ਆ ਕਿੰਨੀ ਕੁ ਟਿਕਦੀ ਆ ਕਿੰਨੀ ਕੁ ਠਹਿਰਦੀ ਆ ਫਿਰ ਆਪਾਂ ਉਹਨੂੰ ਵਿਚਾਰ ਲਾਂਗੇ ਹਾਂਜੀ ਕਿਉਂਕਿ ਦੋ ਚੀਜ਼ਾਂ ਵਾ ਇੱਕ ਸਾਡੇ ਕੋਲ ਗੁਰਬਾਣੀ ਆ ਇੱਕ ਸਾਡੇ ਕੋਲ ਇਤਿਹਾਸ ਆ ਹਾਂਜੀ ਆਪਾਂ ਅਕਸਰ ਇਹ ਵਿਚਾਰਦੇ ਹੁੰਦੇ ਆ ਵੀ ਦੋਨਾਂ ਦੇ ਵਿੱਚ ਫਰਕ ਇੰਨਾ ਹੀ ਆ ਵੀ ਜਿਹੜੀ ਗੁਰਬਾਣੀ ਆ ਉਹ ਸਤਿਗੁਰਾਂ ਨੇ ਆਪ ਲਿਖੀ ਆ ਆਪ ਸਾਂਭੀ ਆ ਸਾਡੇ ਤੱਕ ਪਹੁੰਚਾਈ ਆ ਹਾਂਜੀ ਇਤਿਹਾਸ ਜਿਹੜਾ ਹੈਗਾ ਵਾ ਬਾਅਦ ਵਿੱਚ ਲਿਖਿਆ ਹੋਇਆ ਔਰ ਇਤਿਹਾਸਕਾਰਾਂ ਨੇ ਲਿਖਿਆ ਆ ਹਾਂਜੀ ਸੋ ਇਸ ਵਾਸਤੇ ਜਿੱਥੇ ਇਤਿਹਾਸ ਕੁਝ ਹੋਰ ਕਹਿੰਦਾ ਹੋਵੇ ਗੁਰਬਾਣੀ ਦਾ ਸਿਧਾਂਤ ਜਿਹੜਾ ਉਹ ਕੁਝ ਹੋਰ ਕਹਿੰਦਾ ਹੋਵੇ ਹਾਂਜੀ
ਲੋਕੀ ਭਾਵੇਂ ਜਿਸ ਨੂੰ ਮਰਜ਼ੀ ਮੰਨਣ, ਪਰ ਮੈਂ ਆਪਣੇ ਤੌਰ ਤੇ ਕਹਿ ਸਕਦਾ ਵੀ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਾਡੀ ਪਹਿਲੀ ਤਰਜੀਹ ਜਿਹੜੀ ਹੈਗੀ ਆ ਉਹ ਗੁਰਬਾਣੀ ਦੇ ਪ੍ਰਤੀ ਹੋਣੀ ਚਾਹੀਦੀ ਆ। ਬਿਲਕੁਲ ਜੀ, ਜਿਸ ਨੂੰ ਗੁਰਬਾਣੀ ਸਵੀਕਾਰ ਕਰਦੀ ਆ, ਗੁਰਬਾਣੀ ਮੰਨਦੀ ਆ, ਉਹਨੂੰ ਅਸੀਂ ਮੰਨਾਂਗੇ ਜੋ ਗੁਰਬਾਣੀ ਦੀ ਕਸਵੱਟੀ ਦੇ ਉੱਤੇ, ਕਿਉਂਕਿ ਅਸੀਂ ਇਹ ਤਾਂ ਮੇਰਾ ਖਿਆਲ ਕੋਈ ਵੀ ਇਹ ਗੱਲ ਮੰਨਣੀ ਤਾਂ ਦੂਰ ਦੀ ਗੱਲ ਹੈ, ਮੇਰਾ ਖਿਆਲ ਕਹਿ ਵੀ ਨਹੀਂ ਸਕਦਾ ਵੀ ਗੁਰੂ ਸਾਹਿਬ ਜ਼ਬਾਨ ਤੋਂ ਕਹਿੰਦੇ ਕੁਝ ਹੋਰ ਸੀ ਤੇ ਕਰਦੇ ਕੁਝ ਹੋਰ ਸੀ। ਹਾਂ, ਕੋਈ ਸ਼ੱਕ ਨਹੀਂ ਜੀ, ਨਾ ਹੀ ਇਹੋ ਜਿਹੀ ਸਿੱਖਿਆ ਸਤਿਗੁਰਾਂ ਨੇ ਸਿੱਖਾਂ ਨੂੰ ਦਿੱਤੀ ਹੈ ਵੀ ਤੁਸੀਂ ਜ਼ਬਾਨ ਤੋਂ ਕੁਝ ਹੋਰ ਆਖਿਓ ਤੇ ਕਰਿਓ ਕੁਝ ਹੋਰ, ਬਲਕਿ ਉਹਨਾਂ ਨੂੰ ਬਾਣੀ ਨੇ ਕੱਚੇ ਆਖਿਆ ਜਿਹਨਾਂ ਦੇ ਮਨ ਵਿੱਚ ਕੁਝ ਹੋਰ ਹੋਵੇ, ਜ਼ਬਾਨ ਦੇ ਉੱਤੇ ਕੁਝ ਹੋਰ ਹੋਵੇ। ਬਿਲਕੁਲ, ਬਾਜ਼ਾਰ ਵਿੱਚ ਵੀ ਕੁਛ ਨਹੀਂ ਐਸਾ ਚੱਲਦਾ ਜੀ, ਜਿਹੜਾ ਤੁਸੀਂ ਘੇ ਲਿਆਉਣਾ, ਤੇਲ ਲਿਆਉਣਾ, ਸਰੋਂ ਕੁਛ ਵੀ ਲੈ ਕੇ ਆਉਣਾ ਆ, ਸ਼ੈਂਪੂ ਲੈ ਕੇ ਆਉਣੀ, ਜੋ ਜੋ ਲਿਖਿਆ ਆ ਉਹੀ ਅੰਦਰ ਹੋਵੇ। ਬਿਲਕੁਲ ਬਿਲਕੁਲ, ਬਸ ਦੁਕਾਨ ਨਹੀਂ ਜੇ ਚੱਲ ਸਕਦੀ, ਜੀਵਨ ਕਿੱਦਾਂ ਚੱਲ ਜੂਗਾ? ਇੱਥੇ ਤਾਂ ਇਹ ਦੁਕਾਨ ਤਾਂ ਹੈਗੀ ਬੜੀ ਮਹਿੰਗੀ, ਇੱਥੇ ਤਾਂ ਕਹਿੰਦੇ ਸਿਰਾਂ ਦੇ ਸੌਦੇ ਹੁੰਦੇ ਆ ਨਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਹੁਣ ਜਦੋਂ ਤੁਸੀਂ ਗੱਲ ਕਰਦੇ ਆ ਵੀ ਬਾਹਰ ਕੱਪੜੇ ਦੀ ਦੁਕਾਨ ਲਿਖਿਆ ਹੋਵੇ, ਅੰਦਰ ਗਰੋਸਰੀ ਰੱਖੀ ਹੋਵੇ, ਘਾਟਾ ਹੀ ਖਾਊ ਉਹ ਬੰਦਾ। ਤੇ ਪਰ ਇਹ ਪਤਾ ਨੀ ਕਿਸ ਤਰੀਕੇ ਦੇ ਨਾਲ ਅਸੀਂ ਇਤਿਹਾਸ ਦੇ ਅੰਦਰ ਆਈਆਂ ਹੋਈਆਂ ਇਹੋ ਜਿਹੀਆਂ ਕਹਾਣੀਆਂ ਨੂੰ ਮੰਨੀ ਜਾਂਦੇ ਆ ਜਿਹੜੀਆਂ ਬਿਲਕੁਲ ਗੁਰਬਾਣੀ ਦੇ ਸਿਧਾਂਤਾਂ ਦਾ ਖੰਡਨ ਕਰਦੀਆਂ, ਗੁਰਬਾਣੀ ਦੇ ਸਿਧਾਂਤਾਂ ਦੇ ਉਲਟ ਜਾਂਦੀਆਂ। ਬੁੱਧੀ ਦਾ ਵਿਕਾਸ ਜਿਹੜਾ ਰੁਕਿਆ ਹੋਇਆ ਹੈ ਜੀ, ਇਹ ਮੰਦ ਬੁੱਧੀ ਜਿਹੜੇ ਲੋਕ ਆ ਨਾ, ਜਿਹੜੇ ਜਿਹੜੇ ਤੁਸੀਂ ਬੱਚੇ ਦੇਖੋ ਨਾ, ਜਿਹੜਾ 7-8 ਸਾਲ ਦਾ ਬੱਚਾ ਆ, ਹਾਂਜੀ, ਉਹ ਕਿੱਦਾਂ ਦੀਆਂ ਮੂਵੀਆਂ ਦੇਖਦਾ ਜਿਹੜੀਆਂ ਜਿਹੜੀਆਂ ਉਹ ਗੱਲਾਂ ਹੋ ਨਹੀਂ ਸਕਦੀਆਂ, ਉਹਦੇ ਉੱਤੇ ਵਿਸ਼ਵਾਸ ਕਰਦਾ ਉਹ। ਬਿਲਕੁਲ ਬਿਲਕੁਲ ਬਿਲਕੁਲ, ਹੁਣ ਜਦੋਂ ਜਿਹੜਾ 13-14 ਸਾਲ ਦਾ ਨਿਆਣਾ, ਉਹ ਹੱਸਦਾ ਫੇਰ ਦੇਖ ਦੇਖ ਕੇ ਉਹਦੇ ਵੱਲ ਨੂੰ, ਹਨਾ। ਹੁਣ ਸਾਡੇ ਇੱਥੇ ਦੋਸਤ ਆ, ਉਹ ਮੁੰਡਾ 12 ਸਾਲ ਦਾ ਉਹਨਾਂ ਦਾ, ਉਹ ਜਦੋਂ ਵੀਰ ਹੁਣੀ ਗੱਲਾਂ ਕਰਦੇ ਹੁੰਦੇ ਤਾਂ ਉਹ ਹੱਸਦਾ ਹੁੰਦਾ ਬਹੁਤ, ਇੱਦਾਂ ਇੱਕ ਦਿਨ ਹੱਸੀ ਜਾ, ਮੈਂ ਕੀ ਗੱਲ ਹੋਈ, ਕਹਿੰਦਾ ਮੈਂ ਗੱਲਾਂ ਸੁਣ ਕੇ ਹੱਸਦਾ ਇਹਨਾਂ ਦੀਆਂ। ਫਿਰ ਕਹਿੰਦਾ ਮੈਂ ਵੀ ਪਹਿਲਾਂ ਇੱਦਾਂ ਕਰਦਾ ਹੁੰਦਾ ਸੀ, ਵੀ ਹੁਣ ਸਪਾਈਡਰਮੈਨ ਦੇ ਬਾਰੇ ਹੋਰ ਇੱਦਾਂ। ਤੇ ਉਹ ਜਦੋਂ ਬਸ ਸਮਝ ਆ ਗਈ ਉਹਨੂੰ, ਉਹ ਆਪਣਾ ਉਹਦੇ ਵਿੱਚੋਂ ਲੰਘ ਗਿਆ, ਤਾਂ ਬਸ ਹਨਾ, ਇਹਨਾਂ ਦਾ ਨੀ ਵਿਕਾਸ ਰੁਕਿਆ ਆਇਆ ਜੀ ਇਹਨਾਂ ਦਾ। ਹਾਂਜੀ, ਚਲੋ ਇਸ ਹਿਸਾਬ ਨਾਲ ਜੇ ਆਪਾਂ ਦੇਖੀਏ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਇਹੋ ਜਿਹੀ ਕਹਾਣੀ ਤੁਸੀਂ ਸੁਣਾ ਦਿਓ ਉਹਨਾਂ ਦਾ ਮਨ ਪਰਚਾਵੇ ਵਾਸਤੇ, ਪਰ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਅਸਲੀਅਤ ਤੱਕ ਸਾਨੂੰ ਪਹੁੰਚਣਾ ਚਾਹੀਦਾ, ਪਰ ਇੱਥੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਉਹ ਕਥਾ ਕਹਾਣੀਆਂ ਪੜ੍ਹਦਿਆਂ ਨੂੰ, ਇਹੋ ਕਥਾ ਕਹਾਣੀਆਂ ਸੁਣਦਿਆਂ ਨੂੰ, ਰੁਕਿਆ ਹੋਇਆ ਜੀ ਵਿਕਾਸ, ਹੁਣ ਉਹ ਰੁਕ ਗਿਆ ਉਹਨਾਂ ਦਾ। ਤੁਸੀਂ ਉਹੋ ਜਿਹੀ ਗੱਲ ਸੁਣਾ ਦਿਓ ਸੈਂਸ ਬਣ ਗਏ ਬੱਚੇ ਨੂੰ ਸਮਝਾਉਣ ਵਾਸਤੇ, ਤੁਸੀਂ ਫੋਟੋਆਂ ਦਿਖਾ ਦਿਓ, ਤਸਵੀਰਾਂ ਦਿਖਾ ਦਿਓ, ਇੱਦਾਂ ਦੀ ਕਹਾਣੀਆਂ ਸੁਣਾ ਦਿਓ ਜਿੱਦਾਂ ਸਕੂਲਾਂ ਚ ਛੋਟੇ ਬੱਚੇ ਨੂੰ ਪੜ੍ਹਾਉਂਦੇ ਹੀ ਆ, ਪਰ ਸਾਰੀ ਜ਼ਿੰਦਗੀ 80-80 ਸਾਲ ਦੀ ਉਮਰ ਹੋ ਜਾਂਦੀ ਹੈ, ਫਿਰ ਅਸੀਂ ਉਹਨਾਂ ਕਹਾਣੀਆਂ ਦੇ ਉੱਤੇ ਸਿਰ ਅੜਾ ਕੇ ਬਹਿ ਜਾਂਦੇ ਹਾਂ ਵੀ ਨਾ ਇਹਦੇ ਖਿਲਾਫ਼ ਕੋਈ ਕਿੱਦਾਂ ਬੋਲਦੂ। ਤੇ ਚਲੋ ਆਪਾਂ ਜਿਹੜੀ ਕਥਾ ਆ ਪਹਿਲਾਂ ਉਹ ਆਪਾਂ ਸੰਖੇਪ ਜੀ ਦੇ ਵਿੱਚ ਮੈਂ ਕਹਿ ਦਿੰਦਾ, ਹਾਂਜੀ, ਕਿਉਂਕਿ ਕਥਾ ਦਾ ਮਹਾਤਮ ਜਿਹੜਾ ਅਖੀਰ ਦੇ ਉੱਤੇ ਨਹੀਂ ਲਿਖਿਆ ਹੋਇਆ ਵਾ, ਹਾਂਜੀ, ਵੀ ਜਿਹੜਾ ਕੋਈ ਇਸ ਕਥਾ ਨੂੰ ਸੁਣੂਗਾ ਉਹਦਾ ਬੁਖਾਰ ਉਤਰ ਜਾਊਗਾ। ਠੀਕ ਠੀਕ ਆ, ਫੇਰ ਤਾਂ ਜੇ ਕਿਸੇ ਨੂੰ ਤੇਜ਼ ਤਾਪ ਚੜਿਆ ਹੋਵੇ ਤੇ ਇਹ ਕਥਾ ਸੁਣੇ, ਔਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੁਣ ਆਪਾਂ ਉੱਥੇ ਹੀ ਆਏ ਆ, ਇਹਨਾਂ ਗੱਲਾਂ ਦੇ ਉੱਤੇ ਯਕੀਨ ਲੋਕੀ ਕਰਦੇ ਵੀ ਆ, ਕਿਸੇ ਨੂੰ ਬੁਖਾਰ ਚੜ ਜਾਣਾ ਕਹਿਣਾ ਇਹਨੂੰ ਤੇਜ਼ ਤਾਪ ਦੀ ਕਥਾ ਸੁਣਾ ਕੇ, ਬਿਲਕੁਲ ਹਿੰਦੂਆਂ ਵਾਂਗ ਜਿੱਦਾਂ ਕੋਈ ਕਰਵਾ ਚੌਥ ਦੀ ਕਥਾ ਸੁਣਨ ਵਾਸਤੇ ਜਾਂਦਾ, ਕੋਈ ਕਥਾ ਸੁਣਨ ਵਾਸਤੇ ਤੁਰਿਆ ਰਹਿੰਦਾ। ਇੱਕ ਮੈਨੂੰ ਚੇਤਾ, ਮੈਂ ਅੱਜ ਹੀ ਮਾਤਾ ਜੀ ਨਾਲ ਗੱਲ ਕਰਦਾ ਸੀਗਾ ਵੀ ਇੱਕ ਛਪਾਕੀ ਹੁੰਦੀ ਹੈ, ਇੱਕ ਕਈ ਦੇ ਲੜ ਲੁੜ ਜਾਂਦੀ ਜਿੱਦਾਂ ਉਹ ਸਰੀਰ ਦੇ ਉੱਤੇ ਧੱਫੜ ਜੇ ਹੋ ਜਾਂਦੇ ਆ, ਹਾਂਜੀ ਹਾਂਜੀ, ਉਹਦੀ ਵੀ ਪਿੰਡਾਂ ਦੇ ਵਿੱਚ ਕਥਾ ਬਣਾਈ ਹੁੰਦੀ ਵੀ ਜਿਹਨੇ ਉਹ ਕਥਾ ਉਹਨੂੰ ਮਾਰਿਆ ਹੋਇਆ ਉਹਦੇ ਕੋਲ ਜਾ ਕੇ ਉਹ ਕਥਾ ਸੁਣੋ, ਵੀ ਕਥਾ ਸੁਣਨ ਦੇ ਨਾਲ ਉਹ ਤੁਹਾਡਾ ਰੋਗ ਜਿਹੜਾ ਹੈਗਾ ਦੂਰ ਹੋ ਜਾਂਦਾ। ਇਹਨਾਂ ਨੂੰ ਕੋਈ ਅਕਲ ਦੇਣ ਦੀ ਵੀ ਕਥਾ ਚਾਹੀਦੀ ਹੈ, ਇਹਨਾਂ ਨੂੰ ਕੋਈ ਕਥਾ, ਕੋਈ ਕਥਾ ਇੱਦਾਂ ਦੀ ਹੋਵੇ ਜਿਹਦੇ ਨਾਲ ਅਕਲ ਆ ਜਾਵੇ ਇਹਨਾਂ ਨੂੰ। ਉਹ ਖੈਰ ਸਤਿਗੁਰਾਂ ਨੇ ਤਾਂ ਦਿੱਤੀ ਹੈ ਵੀ ਬਾਣੀ ਦੀ ਜਿਹੜੀ ਕਥਾ ਦਿੱਤੀ ਹੋਈ ਹੈ ਸਾਨੂੰ ਵੀ ਉਹ ਬਾਣੀ ਪੜ੍ਹੋ, ਵਿਚਾਰੋ, ਸੁਣੋ, ਜੇ ਅਕਲ ਲੈਣੀ, ਪਰ ਅਕਲ ਲੈਣ ਵਾਸਤੇ ਤਾਂ ਅਸੀਂ ਪੜ੍ਹਨਾ ਹੀ ਨਹੀਂ, ਅਕਲ ਤਾਂ ਅਸੀਂ ਕਹਿੰਦੇ ਸਾਡੇ ਕੋਲ ਹੈਗੀ ਆ। ਤੇ ਹੁਣ ਇਹੋ ਹੀ ਤੰਗ ਤਰੀਕਾ ਜਿਹੜਾ ਹੈਗਾ ਆਪਾਂ ਦੇਖਦੇ ਦੂਸਰੇ ਗ੍ਰੰਥਾਂ ਦੇ ਵਿੱਚ, ਤੁਸੀਂ ਤ੍ਰਿਆ ਚਰਿੱਤਰ ਪੜ੍ਹਦੇ ਹੋਣੇ ਆ ਇੱਥੇ, ਹਾਂਜੀ, ਹੁਣ ਅਖੀਰ ਤੇ ਜਿੱਥੇ ਚੌਪਈ ਆਉਂਦੀ ਹੈ ਜਿੱਥੇ ਉਹ ਕਹਿੰਦੇ ਆ, ਉਹ ਸਾਰਾ ਕਰ ਕਰਾ ਕੇ ਉੱਥੇ ਵੀ ਜਾ ਕੇ ਅਖੀਰ ਤੇ ਜਾ ਕੇ ਉਹਦਾ ਉਹੀ ਮਹਾਤਮ ਲਿਖਿਆ ਹੋਇਆ ਵੀ ਜੋ ਇਹ ਕਥਾ ਸੁਣੇ ਰਗਾਵੇ ਦੁੱਖ ਪਾਪ ਤੇ ਨਿਕਟਣਾ ਆਵੇ, ਵੀ ਜਿਹੜਾ ਇਸ ਕਥਾ ਨੂੰ ਸੁਣੂਗਾ ਉਹ ਦੁੱਖ ਪਾਪ ਉਹਦੇ ਨੇੜੇ ਨਹੀਂ ਆਊਗਾ। ਇਸੇ ਤਰੀਕੇ ਦੇ ਨਾਲ ਉਹ ਚੰਡੀ ਦੀ ਵਾਰ ਦਾ ਆਉਂਦਾ, ਦੁਰਗਾ ਪਾਠ ਬਣਾਇਆ, ਸਭੇ ਪੌੜੀਆਂ ਫਿਰ ਨਾ ਚੁਨੀ ਆਇਆ ਜਿਨੇ ਗਾਇਆ, ਵੀ ਜਿਹੜਾ ਇਹ ਜਿਹੜਾ ਦੇਵੀ ਦਾ ਤੇ ਰਾਕਸ਼ਾਂ ਦਾ ਯੁੱਧ ਹੋਇਆ ਵਾ, ਜਿਹੜਾ ਇਸ ਯੁੱਧ ਦੇ ਪ੍ਰਸੰਗ ਨੂੰ ਸੁਣੂਗਾ ਉਹ ਦੁਨੀਆ ਚ ਨਹੀਂ ਆਊਗਾ, ਜਿਹੜਾ ਦੇਵੀ ਦੀ ਉਸਤਤ ਸੁਣੂਗਾ, ਦੁਰਗਾ ਦਾ ਇਸ ਪਾਠ ਉਹਦੀ ਵਡਿਆਈ ਵਾਲਾ ਜਿਹੜਾ ਪਾਠ ਉਹਨੂੰ ਸੁਣੂਗਾ ਜਿਹੜਾ,
ਸੋ ਇਸੇ ਤਰੀਕੇ ਦੇ ਨਾਲ ਇਸ ਤੇਈਏ ਤਾਪ ਦੀ ਕਥਾ ਦੇ ਸੰਬੰਧ ਵਿੱਚ ਵੀ ਅਖੀਰ ਤੇ ਜਾ ਕੇ ਉਹਨਾਂ ਨੇ ਇਹੀ ਇਹਦਾ ਮਹੱਤਵ ਦੱਸਿਆ ਹੋਇਆ ਵਾ ਵੀ ਜਿਹੜਾ ਇਸ ਜੇ ਕਿਸੇ ਨੂੰ ਬੁਖਾਰ ਚੜ ਜਾਏ ਤੇ ਇਸ ਕਥਾ ਨੂੰ ਸੁਣੇ ਉਹ। ਸੋ ਆਪਾਂ ਕਥਾ ਕਰਨੀ ਹੈਗੀ ਆ ਇਹਦੀ ਜਿਹੜੀ ਹੈਗੀ ਸੰਖੇਪ ਜੀ ਦੇ ਵਿੱਚ ਆਪਾਂ ਜ਼ਿਕਰ ਕਰ ਦੇਣਾ ਇਸ ਵਾਸਤੇ ਵੀ ਸਾਡੀ ਤੇ ਕਈ ਗੱਲ ਤੇ ਯਕੀਨ ਨਾ ਕਰਿਓ ਵੀ ਜਿਹੜਾ ਕਥਾ ਪੂਰੀ ਕਰਦਾ ਹੋਵੇ ਉਹਦੇ ਕੋਲ ਜਾ ਕੇ ਸੁਣਨਾ ਕਿਉਂਕਿ ਫਿਰ ਆਖੋਗੇ ਵੀ ਇਹਨੂੰ ਸੁਣਨ ਦੇ ਨਾਲ ਬੁਖਾਰ ਨਹੀਂ ਉਤਰਿਆ ਕਿਉਂਕਿ ਜੇ ਆਪਾਂ ਪੂਰੀ ਕਰਨ ਲੱਗੀ ਤਾਂ ਆਪਣਾ ਸ਼ਾਇਦ ਪੂਰਾ ਸਮਾਂ ਇਹਦੇ ਤੇ ਲੱਗ ਜਾਣਾ ਵਾ ਆਪਾਂ ਜਿਹੜਾ ਇਹਦਾ ਗੁਰਮਤ ਦੀ ਗੁਰਬਾਣੀ ਦੀ ਕਸਵੱਟੀ ਤੇ ਇਹਨੂੰ ਪਰਖਣਾ ਹੈਗਾ ਉਹ ਨੀ ਆਪਣੇ ਕੋਲ ਕੰਮ ਹੋਣਾ। ਠੀਕ ਹੈ ਜੀ। ਸੋ ਕਥਾ ਇਹਦੀ ਇਹ ਕਹਿੰਦੀ ਹੈ ਵੀ ਇੱਕ ਦਿਨ ਰਾਤ ਦੇ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੁੱਤੇ ਹੋਏ ਸੀਗੇ। ਹਾਂਜੀ। ਤੇ ਉਹਨਾਂ ਦੇ ਕੰਨਾਂ ਦੇ ਵਿੱਚ ਕਿਸੇ ਇਸਤਰੀ ਦੇ ਰੋਣ ਦੀ ਜਿਹੜੀ ਆ ਉਹ ਆਵਾਜ਼ ਆਈ। ਠੀਕ ਹੈ ਜੀ। ਤੇ ਉਹ ਰੋਣ ਦੀ ਆਵਾਜ਼ ਸੁਣ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਖਾਂ ਖੋਲੀਆਂ ਤੇ ਉਹਨਾਂ ਨੇ ਆਪਣਾ ਜਿਹੜਾ ਸੇਵਕ ਸੀਗਾ ਉਹਦੇ ਕੋਲ ਉਹ ਸੇਵਕ ਦਾ ਨਾਮ ਭਾਈ ਬੱਲੂ ਕਰਕੇ ਲਿਖਿਆ ਇੱਥੇ ਭਾਈ ਸੰਤੋਖ ਸਿੰਘ ਨੇ ਉਹਦੇ ਕੋਲੋਂ ਪੁੱਛਦੇ ਆ ਵੀ ਆ ਰੋਣ ਦੀ ਆਵਾਜ਼ ਕਿਉਂ ਆ ਰਹੀ ਆ ਨਗਰ ਦੇ ਵਿੱਚੋਂ ਇਸਤਰੀ ਆ ਜਿਹੜੀ ਉੱਚੀ ਉੱਚੀ ਰੋ ਰਹੀ ਆ। ਉਹ ਕਹਿੰਦੇ ਵੀ ਸੁਣ ਬੱਲੂ ਨੇ ਤਬੈ ਬਤਾਈ ਪੁੱਤਰ ਪੁੱਤਰ ਕਹਿ ਕੋ ਬਿਲਾਈ ਕਹਾਂ ਪਯੋ ਕੁਛ ਜਾਏ ਨਾ ਜਾਨਾ ਨੰਦਨ ਦੁਖੀ ਕੇ ਹੱਥ ਪਾ ਪਰਾਨਾ। ਭਾਈ ਬੱਲੂ ਨੇ ਜਵਾਬ ਦਿੱਤਾ ਵੀ ਜਿਹੜੀ ਇਸਤਰੀ ਰੋਂਦੀ ਪਈ ਆ ਉਹ ਪੁੱਤਰ ਦਾ ਨਾਂ ਲੈ ਕੇ ਰੋਂਦੀ ਪਈ ਆ ਬਿੰਜ ਜਾਪਦਾ ਵੀ ਸ਼ਾਇਦ ਉਹਦਾ ਪੁੱਤਰ ਬਿਮਾਰ ਆ ਜਾਂ ਉਹਦਾ ਪੁੱਤਰ ਜਿਹੜਾ ਹੈਗਾ ਵਾ ਉਹਦੀ ਮ੍ਰਿਤੂ ਹੋ ਗਈ ਆ। ਸਤਿਗੁਰਾਂ ਨੇ ਕਿਹਾ ਵੀ ਜਾ ਕੇ ਪਤਾ ਕਰ ਕੀ ਗੱਲ ਆ। ਉਹ ਭਾਈ ਬੱਲੂ ਜੀ ਗਏ ਜਾ ਕੇ ਪਤਾ ਕੀਤਾ ਦੇਖਿਆ ਵੀ ਇੱਕ ਇਸਤਰੀ ਆ ਉਹਦਾ ਪੁੱਤਰ ਜਿਹੜਾ ਹੈਗਾ ਵਾ ਉਹ ਮ੍ਰਿਤੂ ਹੋ ਗਈ ਉਹਦੀ। ਠੀਕ ਹੈ। ਸੋ ਸਭ ਬਿਦ ਬੂਝ ਗੁਰੂ ਢਿੱਗ ਕਹਿਓ ਤ੍ਰਿਆ ਬਿਧਵਾ ਕੇ ਇੱਕ ਸੁੱਤ ਰਹਿਓ ਤੇਈਆ ਤਾਪ ਖੇਦ ਤਿਸ ਦੇ ਕੇ ਕਰਿਓ ਮ੍ਰਿਤਕ ਬਹੁ ਨਿਰਬਲ ਕਹਿ ਕੇ। ਹਾਂਜੀ। ਭਾਈ ਬੱਲੂ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਕਿ ਪਾਤਸ਼ਾਹ ਨਗਰ ਦੇ ਅੰਦਰ ਇੱਕ ਵਿਧਵਾ ਰਹਿੰਦੀ ਆ ਉਹਦਾ ਪੁੱਤਰ ਸੀਗਾ ਉਹਨੂੰ ਤੇਈਆ ਤਾਪ ਚੜਿਆ ਸੀਗਾ ਤੇ ਇਸ ਵਾਸਤੇ ਪੁੱਤਰ ਜਿਹੜਾ ਹੈਗਾ ਉਹ ਮਰ ਗਿਆ ਵਾ ਇਸ ਵਾਸਤੇ ਜਿਹੜੀ ਉਹ ਵਿਧਵਾ ਜਿਹੜੀ ਹੈਗੀ ਆ ਪੁੱਤਰ ਦਾ ਨਾਂ ਲੈ ਕੇ ਅੱਧੀ ਰਾਤ ਵੇਲੇ ਰੋ ਰਹੀ ਇਸ ਵੇਲੇ। ਉਹ ਕਹਿੰਦੇ ਵੀ ਸੁਨ ਗੁਰ ਕਹਿਓ ਪ੍ਰਾਤ ਜਬ ਹੋਇਓ ਮਰਿਓ ਪੁੱਤਰ ਤਿਸ ਜੀਵਨ ਹੋਏ ਅਬ ਕਹਿ ਦੇਹੋ ਨਾ ਕਰੇ ਬਿਰਲਾਪ ਬੰਧੇ ਕੈਦ ਜੇ ਤੇਈਆ ਤਾਪ। ਹਾਂਜੀ। ਸਤਿਗੁਰਾਂ ਨੇ ਆਖਿਆ ਵੀ ਉਹਨੂੰ ਜਾ ਕੇ ਆਖ ਵੀ ਰੋ ਨਾ ਸਵੇਰ ਆਊਗੀ ਤੇਰੇ ਪੁੱਤਰ ਨੂੰ ਅਸੀਂ ਜਿਉਂਦਾ ਕਰ ਦਿਆਂਗੇ ਜਿਹੜਾ ਤੇਈਆ ਤਾਪ ਆ ਉਹਨੂੰ ਅਸੀਂ ਬੰਨ ਲਵਾਂਗੇ ਜਿਹੜੇ ਕਵੀ ਸਨ ਕਿਉਂਕਿ ਹੁਣ ਇਹ ਹੁਣ ਦੇਖਣਾ ਆਪਾਂ ਵੀ ਕਿੱਦਾਂ ਇਤਿਹਾਸ ਨੂੰ ਮਿਥਾਸ ਦੀ ਰੰਗਤ ਜਿਹੜੀ ਆ ਚਾੜੀ ਜਾ ਰਹੀ ਆ ਮਿਥਾਸ ਦੀ ਰੰਗਤ ਦੇ ਕੇ ਇਹਦੇ ਵਿੱਚ ਆਪਾਂ ਜਿੱਦਾਂ ਵਿਚਾਰਦੇ ਸੀਗੇ ਵੀ ਇਤਿਹਾਸ ਜਾਂ ਮਿਥਾਸ ਜਾਂ ਬਕਵਾਸ ਵਿੱਚ ਸਾਰਾ ਕੁਛ ਇਕੱਠਾ ਕੀਤਾ ਹੋਇਆ ਉਹਨਾਂ ਨੇ ਇਤਿਹਾਸ ਦੇ ਨਾਂ ਦੇ ਉੱਤੇ ਮਿਥਾਸ ਭਰ ਕੇ ਇਹਨੂੰ ਬਕਵਾਸ ਬਣਾਇਆ ਹੋਇਆ। ਉਹ ਕਹਿੰਦੇ ਭਾਈ ਬੱਲੂ ਨੇ ਜਾ ਕੇ ਕਹਿ ਦਿੱਤਾ ਉਹ ਜਿਹੜੀ ਵਿਧਵਾ ਸੀਗੀ ਮਾਤਾ ਉਹ ਚੁੱਪ ਕਰਕੇ ਸਵੇਰ ਹੋਇਆ ਤੇ ਆਪਣੇ ਪੁੱਤਰ ਨੂੰ ਲੈ ਕੇ ਉਹ ਸਤਿਗੁਰਾਂ ਦੇ ਕੋਲ ਆਈ। ਹਾਂਜੀ। ਤੇ ਉੱਠ ਸਤਿਗੁਰ ਤੇ ਚਰਨ ਲਗਾਇਓ ਤੂਰਨ ਬਾਲਕ ਤਬੈ ਜਵਾਇਓ ਪੁੰਨ ਗੁਰ ਤੇਈਆ ਤਾਪ ਹਕਾਰੇ ਤਿਸ ਕੋ ਬਾਲਕ ਸਮ ਤਨ ਧਾਰਿਓ। ਸਵੇਰ ਹੋਈ ਤੇ ਜਿਸ ਵੇਲੇ ਸਤਿਗੁਰਾਂ ਨੇ ਆਪਣੇ ਚਰਨ ਜਿਹੜੇ ਆ ਉਹ ਬੱਚੇ ਨੂੰ ਛੁਹਾਏ। ਹਾਂਜੀ। ਤੇ ਬੱਚਾ ਜਿਉਂਦਾ ਕਰ ਦਿੱਤਾ। ਆਹਾ। ਹੁਣ ਚਲੋ ਗਾਹ ਤੁਰ ਤੋਂ ਪਹਿਲਾਂ ਆਪਾਂ ਹੁਣ ਇਹਨੂੰ ਥੋੜਾ ਜਿਹਾ ਦੇਖ ਲਈਏ ਇਸ ਗੱਲ ਨੂੰ। ਹਾਂਜੀ। ਕਿਉਂਕਿ ਇੱਥੇ ਕਵੀ ਸੰਤੋਖ ਸਿੰਘ ਨੇ ਵੀ ਗੱਲ ਲਿਖੀ ਆ ਔਰ ਕਈ ਸਾਡੇ ਇਤਿਹਾਸਕਾਰਾਂ ਨੇ ਉਸ ਗੱਲ ਨੂੰ ਜਿਹੜਾ ਹੈਗਾ ਕੋਡ ਵੀ ਕੀਤਾ ਹੋਇਆ ਆਪਣੇ ਜਿਹਨਾਂ ਨੇ ਇਤਿਹਾਸ ਦੀਆਂ ਪੋਥੀਆਂ ਲਿਖੀਆਂ ਜਿਹਨਾਂ ਦੇ ਵਿੱਚ ਕਵੀ ਆਪਣੇ ਪ੍ਰਿੰਸੀਪਲ ਸਤਵੀਰ ਸਿੰਘ ਵਰਗੇ ਵੀ ਹੈਗੇ ਆ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਹੋਇਆ ਸੀਗਾ ਜਾਂ ਵਰ ਦਿੱਤਾ ਹੋਇਆ ਕਹਿ ਲਓ ਜਾਂ ਪ੍ਰਣ ਕੀਤਾ ਹੋਇਆ ਕਹਿ ਲਓ ਸਾਡੇ ਜਿਉਂਦਿਆਂ ਜੀ ਗੋਇੰਦਵਾਲ ਨਗਰ ਦੇ ਅੰਦਰ ਮਾਪਿਆਂ ਸਾਹਮਣੇ ਪੁੱਤਰ ਨਹੀਂ ਮਰੂਗਾ ਵੀ ਇਹ ਸਾਡਾ ਬਚਨ ਆ ਸਾਡਾ ਪ੍ਰਣ ਆ ਸਾਡਾ ਵਾਅਦਾ ਆ ਵੀ ਜਿੰਨੀ ਦੇਰ ਤੱਕ ਅਸੀਂ ਇੱਥੇ ਹੈਗੇ ਹਾਂ ਓਨੀ ਦੇਰ ਤੱਕ ਮਾਪਿਆਂ ਦੇ ਸਾਹਮਣੇ ਪੁੱਤਰ ਨਹੀਂ ਮਰੇਗਾ। ਹੁਣ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸੰਬੰਧ ਵਿੱਚ ਇਹ ਗੱਲ ਆਖੀ ਜਾ ਰਹੀ ਹੈ। ਠੀਕ ਹੈ ਜੀ। ਪਰ ਹੁਣ ਕੀ ਹੈ ਗੱਲ ਜਿਹੜੀ ਹੈਗੀ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਸਹੀ ਉਤਰਦੀ ਆ ਗੁਰਬਾਣੀ ਦੇ ਸਿਧਾਂਤ ਦੇ ਉੱਤੇ ਸਹੀ ਉਤਰਦੀ ਆ ਕੀ ਗੁਰੂ ਅਮਰਦਾਸ ਪਾਤਸ਼ਾਹ ਇਹ ਗੱਲ ਕਹਿ ਸਕਦੇ ਆ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜੇ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਆਪਣੇ ਮੋਢਿਆਂ ਤੇ ਚੁੱਕ ਕੇ ਨਿਭਾ ਰਹੇ ਆ
ਜਿਹੜਾ ਗੁਰੂ ਨਾਨਕ ਪਾਤਸ਼ਾਹ ਸ਼ੁਰੂ ਚ ਇਹ ਗੱਲ ਕਹਿੰਦੇ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਧਰਮ ਦਾ ਮਾਰਗ ਜਿਹੜਾ ਹੈ ਹੀ ਹੈ ਹੁਕਮ ਰਜਾਈ ਚੱਲਣਾ। ਔਰ ਫਿਰ ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਵੀ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚੋਂ ਜਿਹਦੀ ਗਵਾਹੀ ਮਿਲਦੀ ਆ, ਹਾਂਜੀ, ਜਿਹੜਾ ਆਪਣੇ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੋਈ ਆ ਰਾਮ ਕਲੇ ਸਦ ਦੇ ਸਿਰਲੇਖ ਹੇਠ ਬਾਣੀ ਜਿਹੜੀ ਆ, ਹਾਂਜੀ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਕਹਿਣ ਲੱਗੇ ਵੀ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਹਾਂਜੀ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀ। ਹੁਣ ਉਹ ਵਾਰਤਾ ਵਾ ਜਿਹਦੇ ਉੱਤੇ ਅਸੀਂ ਕੋਈ ਸ਼ੱਕ ਨਹੀਂ ਕਰ ਸਕਦੇ, ਜਾਂ ਇੱਦਾਂ ਆਖੀ ਉਹ ਇਤਿਹਾਸ ਆ ਜਿਹਦੇ ਉੱਤੇ ਕੋਈ ਕਿੰਤੂ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਇੱਕ ਤੇ ਬਾਬਾ ਸੁੰਦਰ ਜੀ ਦੇ ਲਿਖਿਆ ਹੋਇਆ ਵਾ ਤੇ ਦੂਸਰਾ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਪ੍ਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੋਇਆ। ਹੁਣ ਬਾਬਾ ਸੁੰਦਰ ਜੀ ਜਿਹੜੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੜਪੋਤੇ ਆ, ਉਹਨਾਂ ਨੇ ਅੰਤ ਵੇਲੇ ਜਿਹੜੀਆਂ ਗੱਲਾਂ ਆਖੀਆਂ ਉਹਨੂੰ ਉਸ ਬਾਣੀ ਦੇ ਵਿੱਚ ਉਹਨਾਂ ਨੇ ਦਰਜ ਕੀਤਾ। ਜੋ ਗੱਲਾਂ ਕਿਉਂਕਿ ਬਿਲਕੁਲ ਸਹੀ ਆ, ਇਸ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪਣੀ ਬਾਣੀ ਦੇ ਨਾਲ ਦਰਜ ਕੀਤਾ। ਹੁਣ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਅਖੀਰਲੇ ਸਮੇਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਪੁੱਤਰਾਂ ਨੂੰ ਭਰਾਵਾਂ ਨੂੰ ਬੁਲਾ ਕੇ ਸਾਰਿਆਂ ਨੂੰ ਕਹਿੰਦੇ ਵੀ ਤੁਸੀਂ ਆਪਣੇ ਮਨ ਦੇ ਵਿੱਚ ਇੱਕ ਨਿਰਣਾ ਕਰਕੇ ਦੇਖੋ। ਨਿਰਣਾ ਕੀ? ਵੀ ਧੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ, ਪ੍ਰਵਾਣਾ ਜਿਹੜਾ ਪ੍ਰਮਾਤਮਾ ਦਾ ਹੁਕਮ ਆ, ਫਿਰੈ ਨਾਹੀ ਦਾ ਮਤਲਬ ਉਹ ਫਿਰ ਨਹੀਂ ਸਕਦਾ, ਉਹ ਬਦਲਿਆ ਨਹੀਂ ਜਾ ਸਕਦਾ, ਉਹਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਵੀ ਅੰਤ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਹੇ ਮੇਰੇ ਪੁੱਤਰੋ ਭਰਾਵੋ, ਤੁਸੀਂ ਮੇਰਾ ਪਰਿਵਾਰ ਹੋ, ਤੁਸੀਂ ਆਪਣੇ ਮਨ ਦੇ ਅੰਦਰ ਵਿਚਾਰ ਕਰੋ, ਇਹ ਨਿਰਣਾ ਕਰੋ, ਇਹ ਸੱਚਾਈ ਆ ਵੀ ਜਿਹੜਾ ਰੱਬ ਦਾ ਫਰਮਾਨ ਆ ਉਹਨੂੰ ਕੋਈ ਬਦਲ ਨਹੀਂ ਸਕਦਾ। ਇਸ ਵਾਸਤੇ ਗੁਰ ਜਾਏ ਹਰ ਪ੍ਰਭ ਪਾਸ ਜੀਓ। ਇਸ ਵਾਸਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਮੈਂ ਇਸ ਸੰਸਾਰ ਤੋਂ ਕੂਚ ਕਰਦਾ ਪਿਆ ਵਾ, ਹਾਂਜੀ, ਕਿਉਂਕਿ ਪ੍ਰਮਾਤਮਾ ਦਾ ਹੁਕਮ ਆ ਔਰ ਰੱਬੀ ਹੁਕਮ ਨੂੰ ਕੋਈ ਵੀ ਬਦਲ ਨਹੀਂ ਸਕਦਾ। ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਗੱਲ ਕਹਿੰਦੇ ਹੋਣ ਵੀ ਰੱਬੀ ਹੁਕਮ ਨੂੰ ਕੋਈ ਵੀ ਨਹੀਂ ਬਦਲ ਸਕਦਾ, ਉਹ ਗੁਰੂ ਅਮਰਦਾਸ ਪਾਤਸ਼ਾਹ ਕੀ ਇਹ ਬਚਨ ਕਰਨਗੇ ਵੀ ਅਸੀਂ ਸਾਡੇ ਜਿਉਂਦਿਆਂ ਜੇ ਗੋਇੰਦਵਾਲ ਦੇ ਅੰਦਰ ਮਾਪਿਆਂ ਦੇ ਸਾਹਮਣੇ ਕੋਈ ਪੁੱਤਰ ਨਹੀਂ ਮਰੂਗਾ, ਤੇ ਜੇ ਕਿਸੇ ਦਾ ਪੁੱਤਰ ਮਰ ਜਾਂਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਫਿਰ ਜਿਉਂਦਾ ਕਰ ਦਿੰਦੇ ਆ, ਫਿਰ ਅਸੀਂ ਇਤਿਹਾਸ ਨੂੰ ਸਹੀ ਆਖਾਂਗੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਜਿਹਨੂੰ ਦਰਜ ਕੀਤਾ ਬਾਬਾ ਸੁੰਦਰ ਜੀ ਨੇ ਜੋ ਲਿਖਿਆ ਉਹਨੂੰ ਸਹੀ ਆਖਾਂਗੇ? ਦੋਨਾਂ ਦੇ ਵਿੱਚੋਂ ਇੱਕ ਨੂੰ ਤਾਂ ਗਲਤ ਕਹਿਣਾ ਪਊਗਾ, ਪਊਗਾ ਜੀ ਪਊਗਾ, ਉਹ ਤਾਂ ਆਪ ਤਾਂ ਸੋਚ ਲਈ ਨਹੀਂ, ਗੁਰਬਾਣੀ ਦਾ ਸਿਧਾਂਤ ਨੂੰ ਸਹੀ ਮੰਨਾਂਗੇ ਤੇ ਜੋ ਇਤਿਹਾਸ ਸਾਨੂੰ ਦੱਸਿਆ ਜਾ ਰਿਹਾ ਉਹਨੂੰ ਗਲਤ ਕਹਿਣਾ ਪਵੇਗਾ। ਤੇ ਜੇ ਅਸੀਂ ਇਹ ਆਖਾਂਗੇ ਵੀ ਇਤਿਹਾਸ ਦੇ ਉੱਤੇ ਅਸੀਂ ਉਂਗਲ ਨਹੀਂ ਕਰ ਸਕਦੇ, ਇਤਿਹਾਸ ਦੇ ਉੱਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ, ਕਿ ਗੁਰਬਾਣੀ ਦੇ ਸਿਧਾਂਤ ਜਿਹੜੇ ਉਹ ਆਪਣੇ ਆਪ ਝੂਠੇ ਪੈ ਜਾਂਦੇ ਦੇ ਸਾਹਮਣੇ ਆ ਕੇ, ਵੀ ਜੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਗੱਲ ਕਹਿੰਦੇ ਹੋਵਣ। ਸੋ ਖੈਰ ਇੱਥੇ ਕਥਾ ਉਹ ਕਹਿ ਰਿਹਾ ਵੀ ਸਤਿਗੁਰਾਂ ਨੇ ਉਸ ਬੱਚੇ ਨੂੰ ਜਿਉਂਦਾ ਕਰ ਦਿੱਤਾ, ਠੀਕ। ਉਸ ਤੋਂ ਬਾਅਦ ਪੁੰਨ ਗੁਰ ਤੇਈਆ ਤਾਪ ਹਕਾਰਿਓ, ਕਿਸ ਕੋ ਬਾਲਕ ਸਮ ਤਨ ਧਾਰਿਓ। ਹੁਣ ਇਤਿਹਾਸ ਨੂੰ ਦੇਖੋ, ਮਿਥਿਹਾਸ ਕਿਸ ਤਰੀਕੇ ਦੇ ਨਾਲ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਕਹਿੰਦੇ ਫਿਰ ਗੁਰੂ ਅਮਰਦਾਸ ਜੀ ਨੇ ਤੇਈਏ ਤਾਪ ਨੂੰ ਬੁਲਾਇਆ, ਤੇਈਆ ਤਾਪ ਇੱਕ ਬਾਲਕ ਦੀ ਸ਼ਕਲ ਦੇ ਵਿੱਚ, ਇੱਕ ਬੱਚੇ ਦੀ ਸ਼ਕਲ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਆਇਆ। ਹੁਣ ਕੋਈ ਬਿਮਾਰੀ ਇਸ ਤਰੀਕੇ ਦੇ ਨਾਲ ਕਿਸੇ ਬੱਚੇ ਦੇ ਸਾਹਮਣੇ ਆ ਰਹੀ ਆ, ਜੇ ਅੱਜ 21ਵੀਂ ਸਦੀ ਦੇ ਵਿੱਚ ਵੀ ਕੋਈ ਇਸ ਗੱਲ ਨੂੰ ਮੰਨਦਾ ਪਿਆ ਵਾ, ਤਾਂ ਉਹਨੂੰ ਯਕੀਨਨ ਤੌਰ ਤੇ ਆਪਣੇ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ। ਜੇ ਕੋਈ ਅੱਜ ਦੀ ਦੁਨੀਆਂ ਦੇ ਅੰਦਰ ਵੀ ਇਹ ਗੱਲ ਮੰਨਦਾ ਵੀ ਇਸ ਤਰੀਕੇ, ਪਰ ਪਤਾ ਨੀ 200 ਸਾਲ ਪਹਿਲਾਂ ਕਵੀ ਸੰਤੋਖ ਸਿੰਘ ਇਹੋ ਜਿਹੀਆਂ ਗੱਲਾਂ ਲਿਖ ਗਏ ਆ, ਅੱਜ ਅਸੀਂ ਮੰਨੀ ਜਾ ਰਹੇ। ਹੁਣ ਦੇਖੋ, ਕਦੀ ਤੇ ਉਹ ਕਹਿੰਦਾ ਵੀ ਵੇਦ ਜਿਹੜਾ ਉਹ ਬੰਦੇ ਬਣ ਕੇ ਆ ਗਏ, ਭੱਟ ਬਣ ਕੇ ਆ ਗਏ ਗੁਰੂ ਅਰਜਨ ਦੇਵ ਜੀ ਦੇ ਕੋਲ। ਓਹੋ ਦੇਵੀ ਦੇਵੀ ਵੀ ਅੱਗ ਦੇ ਵਿੱਚੋਂ ਕਿੱਦਾਂ, ਮਤਲਬ ਸਾਰਾ ਕੁਛ ਜਿਹੜਾ ਇੱਕ ਵਾਰੀ ਲੀਹ ਪਾਤੀ ਉਹਨੇ ਤੇ ਬਸ ਉਸੇ ਲੀਹੇ ਲਈ ਤੁਰਿਆ ਆ ਹੁਣ ਤਾਂ। ਕਦੇ ਦੇਵੀ ਆ ਉਹ ਪ੍ਰਗਟ ਹੋ ਕੇ ਆ ਰਹੀ, ਕਦੇ ਵੇਦ ਜਿਹੜੇ, ਹੁਣ ਵੇਦ ਕੀ ਆ? ਧਾਰਮਿਕ ਗ੍ਰੰਥ ਆ, ਧਾਰਮਿਕ ਪੋਥੀਆਂ, ਉਹ ਹੁਣ ਬੰਦੇ ਬਣ ਕੇ ਤੇ ਫਿਰ ਗੁਰੂ ਅਰਜਨ ਦੇਵ ਜੀ ਦੇ ਪਾਸ ਆਉਂਦੇ ਪਏ ਆ। ਕਦੀ ਉਹ ਕਹਿੰਦਾ ਵੀ ਭਗਤ ਜਿਹੜੇ ਆ ਉਹਨਾਂ ਦੀਆਂ ਆਤਮਾਵਾਂ ਉਹ ਸਤਿਗੁਰਾਂ ਦੇ ਸਾਹਮਣੇ ਆਣ ਕੇ ਪ੍ਰਗਟ ਹੋ ਜਾਂਦੀਆਂ।
ਕਦੀ ਕਹਿੰਦਾ ਵੀ ਉਹ ਜਿਹੜਾ ਵਰਨ ਦੇਵਤਾ ਪਾਣੀ ਦਾ ਦੇਵਤਾ ਉਹ ਆਪਣੇ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਤੇ ਸਤਿਗੁਰਾਂ ਨੂੰ ਲਿਆ ਕੇ ਮਸ਼ੀਤ ਸਤਿਗੁਰਾਂ ਦੇ ਸਾਹਮਣੇ ਅਰਪਣ ਕਰਦਾ ਆ। ਇੱਥੇ ਕਹਿ ਰਿਹਾ ਜੀ ਤੇਈਆ ਤਾਪ ਹੈਗਾ ਵਾ ਉਹ ਬੱਚੇ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਾਹਮਣੇ ਪ੍ਰਗਟ ਹੋਇਆ ਤੇ ਕਹਿਣ ਲੱਗੇ ਸਤਿਗੁਰਾਂ ਨੇ ਕੀ ਕੀਤਾ ਵੀ ਉਹਦੇ ਪੈਰਾਂ ਨੂੰ ਜੰਜੀਰੀ ਪਾ ਦਿੱਤੀ, ਗਲ ਦੇ ਵਿੱਚ ਉਹਦੇ ਸੰਗਲ ਪਾ ਦਿੱਤਾ ਤਈਏ ਦੇ। ਹਾਂਜੀ ਉਹ ਤਈਆ ਜਿਹੜਾ ਬੱਚੇ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਹੋਇਆ, ਬੱਚੇ ਦੇ ਰੂਪ ਦੇ ਵਿੱਚ ਉਹਨੂੰ ਬਣਾਇਆ, ਜਿੱਦਾਂ ਉਹ ਬੱਚੇ ਦਾ ਨਾਂ ਤਈਆ ਹੀ ਰੱਖ ਲਈਏ ਆਪਾਂ, ਤਈਆ ਤਾਪ ਹੀ ਆ ਜਿੱਦਾਂ ਭੱਟਾਂ ਦਾ ਨਾਮ ਜਿੱਦਾਂ ਵੇਦ ਕਹਿ ਲਈਏ ਤੇ ਜਿੱਦਾਂ ਤਈਏ ਤਾਪ ਦੇ ਹੀ ਉਹਨੂੰ ਬਾਲਕ ਬਣਾ ਕੇ ਉਹਦੇ ਪੈਰਾਂ ਵਿੱਚ ਜੰਜੀਰੀਆਂ ਪਾ ਦਿੱਤੀਆਂ, ਉਹਦੇ ਗਲੇ ਦੇ ਵਿੱਚ ਪੜਾ ਪਾ ਦਿੱਤਾ, ਸੰਗਲ ਪਾ ਦਿੱਤਾ, ਹੱਥਾਂ ਨੂੰ ਹੱਥ ਕੜੀਆਂ ਲਾ ਦਿੱਤੀਆਂ ਤੇ ਕਹਿੰਦੇ ਨੇ ਉਹਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਉੱਥੇ ਬੰਨ ਦਿੱਤਾ। ਹਾਂਜੀ ਵੀ ਇਹਨੇ ਸਾਡਾ ਡਰ ਨਹੀਂ ਮੰਨਿਆ, ਇਹਨੇ ਸਾਡੇ ਕੀਤੇ ਹੋਏ ਵਚਨ ਦੀ ਅਵਗਿਆ ਕੀਤੀ ਆ। ਅਸੀਂ ਆਖਿਆ ਸੀਗਾ ਵੀ ਸਾਡੇ ਹੁੰਦਿਆਂ ਕੋਈ ਇੱਥੇ ਮਾਪਿਆਂ ਦੇ ਸਾਹਮਣੇ ਪੁੱਤਰ ਨਹੀਂ ਮਰੂਗਾ, ਇਹਨੇ ਆ ਕੇ ਇੱਕ ਵਿਧਵਾ ਦਾ ਜਿਹੜਾ ਪੁੱਤਰ ਆ ਉਹਨੂੰ ਮਾਰ ਦਿੱਤਾ। ਕਹਿਣ ਲੱਗੇ ਕਿ ਪਿੰਜਰੇ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ। ਗਾਂ ਜਾ ਕੇ ਖੈਰ ਆਪਾਂ ਥੋੜਾ ਅੱਗੇ ਚੱਲੀਏ, ਕਹਿਣ ਲੱਗੇ ਵੀ ਕਈ ਮਹੀਨੇ ਉਸੇ ਤਰੀਕੇ ਦੇ ਨਾਲ ਉਹ ਪਿੰਜਰੇ ਦੇ ਵਿੱਚ ਬੰਦ ਰਿਹਾ, ਲੋਕੀ ਲੰਘਦੇ ਆ ਉਹਦੇ ਵੱਲ ਨੂੰ ਦੇਖਦੇ ਆ ਪਰ ਉਹਨਾਂ ਕੋਈ ਗੱਲਬਾਤ ਜਿੱਦਾਂ ਕੋਈ ਨਹੀਂ ਕਰਦਾ, ਕੋਈ ਉਹਨੂੰ ਛਡਾਉਂਦਾ ਨਹੀਂ ਹੈਗਾ, ਬੜਾ ਉਹ ਦੁਖੀ ਆ ਉਸ ਪਿੰਜਰੇ ਦੇ ਵਿੱਚ। ਹੁਣ ਉਹਦੇ ਵਿੱਚ ਕੀ ਹੋਇਆ ਕਿ ਡੱਲੇ ਨਗਰ ਤੋਂ ਸੰਗਤ ਆਈ ਆ, ਉਹਦੇ ਵਿੱਚ ਜਿਹਨਾਂ ਦੇ ਨਾਂ ਦਿੱਤੇ ਹੈਗੇ ਇਹਨੇ ਭਾਈ ਪਾਰੋ ਸਿੱਖ ਦਾ ਲਿਖਿਆ ਨਾਂ, ਇੱਕ ਇੱਕ ਹੈਗਾ ਭਾਈ ਲਾਲੋ ਸਿੱਖ, ਭਾਈ ਲਾਲੋ ਜੀ ਇਹ ਮੁਖੀ ਸਿੱਖ ਆ ਜਿਹੜੇ ਸਤਿਗੁਰਾਂ ਨੂੰ ਮਿਲਣ ਵਾਸਤੇ ਆਏ ਆ, ਸਤਿਗੁਰਾਂ ਦੇ ਕੋਲ ਆਣ ਕੇ ਇਹ ਕੁਝ ਦਿਨ ਰਹੇ ਆ, ਇਹਨਾਂ ਦੀ ਨਿਗਾਹ ਜਿਹੜੀ ਹੈਗੀ ਆ ਉਸ ਬੱਚੇ ਦੇ ਉੱਤੇ ਪਈ ਆ ਤੇ ਇੱਕ ਦਿਨ ਫਿਰ ਜਦੋਂ ਇਹ ਸਿੱਖ ਜਿਹੜੇ ਵਾਪਸ ਆਪਣੇ ਨਗਰ ਨੂੰ ਜਾਣ ਲੱਗੇ ਤੇ ਭਾਈ ਲਾਲੋ ਨੇ ਸਤਿਗੁਰਾਂ ਨੂੰ ਆਖਿਆ ਪਾਤਸ਼ਾਹ ਵੀ ਆ ਬੱਚਾ ਜਿਹੜਾ ਹੈਗਾ ਤੁਸੀਂ ਇੱਥੇ ਕੈਦ ਕੀਤਾ ਹੋਇਆ ਵੀ ਬੜਾ ਦੇਖਣ ਨੂੰ ਬੜਾ ਸੋਹਣਾ ਵਾ ਪਰ ਬੜਾ ਦੁਖੀ ਆ ਵਿਚਾਰੇ ਦੇ, ਦੇਖੋ ਤੁਸੀਂ ਪੈਰਾਂ ਨੂੰ ਵੀ ਤੁਸੀਂ ਬੇੜੀਆਂ ਪਾਈਆਂ ਹੋਈਆਂ, ਗਲ ਚ ਪੜਾ ਪਾਇਆ ਹੋਇਆ ਵਾ, ਹੱਥ ਕੜੀਆਂ ਲੱਗੀਆਂ ਹੋਈਆਂ ਵਾ, ਸੰਗਲਾਂ ਨਾਲ ਇਹਨੂੰ ਉੱਥੇ ਬੰਨਿਆ ਹੋਇਆ ਵਾ ਵੀ ਤੁਸੀਂ ਇਹਨੂੰ ਛੱਡ ਦਿਓ ਤੇ ਸਤਿਗੁਰੂ ਕਹਿੰਦੇ ਵੀ ਛੱਡ ਦਿੰਦੇ ਆ ਫਿਰ ਇਹਨੂੰ ਤੂੰ ਆਪਣੇ ਨਾਲ ਲੈ ਜਾ ਜੇ ਤੂੰ ਛਡਾਉਣਾ ਚਾਹੁੰਦਾ ਵਾ ਤੇ, ਪਰ ਇਹਨੂੰ ਇੱਥੇ ਨਹੀਂ ਰਹਿਣ ਦੇਣਾ, ਇਹਨੂੰ ਸਜ਼ਾ ਦਿੱਤੀ ਹੈ ਅਸੀਂ, ਤੂੰ ਇਹਨੂੰ ਨਾਲ ਲੈ ਜਾ ਜੇ ਤੂੰ ਤੈਨੂੰ ਬੱਚਾ ਚੰਗਾ ਲੱਗਦਾ ਤਾਂ ਤੂੰ ਇਹਨੂੰ ਆਪਣੇ ਨਾਲ ਲੈ ਜਾ। ਉਹ ਕਹਿਣ ਲੱਗੇ ਉਹ ਇਮ ਸਤਿਗੁਰ ਆਗਿਆ ਸਤਿਗੁਰ ਕੀ ਲੀਨ ਆਏ ਖਲਾਸੀ ਤਤ ਸ਼ਨਕੀਨ ਗੁਰ ਤੇ ਵਿਦਾ ਹੋਏ ਸਭ ਚਾਲੇ ਤਿਸ ਬਾਲਕ ਕੋ ਲੀਨ ਸੰਭਾਲੇ ਲੈ ਗਏ। ਠੀਕ ਹੈ ਜੀ। ਸੋ ਭਾਈ ਲਾਲੋ ਨੇ ਉਸ ਬੱਚੇ ਨੂੰ ਆਜ਼ਾਦ ਕਰਵਾ ਕੇ ਤੇ ਆਪਣੇ ਨਾਲ ਲੈ ਕੇ ਤੇ ਆਪਣੇ ਨਗਰ ਨੂੰ ਚੱਲ ਪਏ ਗੋਇੰਦਵਾਲ ਤੋਂ ਡੱਲੇ ਨੂੰ। ਠੀਕ। ਕਹਿੰਦੇ ਜਦੋਂ ਕੁਝ ਦੂਰੀ ਤੇ ਗਏ ਤੇ ਤੇਈਆ ਤਾਪ ਬੱਚੇ ਦੇ ਰੂਪ ਦੇ ਵਿੱਚ ਸੀਗਾ ਤੇ ਭਾਈ ਲਾਲੋ ਨੇ ਕਹਿੰਦਾ ਕਹਿੰਦਾ ਵੀ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ, ਭੁੱਖ ਅਦਕ ਲੱਗ ਗਈ ਤਨ ਮੇਰੇ ਬਿਨ ਆਹਾਰ ਦਿਨ ਬੀਤੇ ਹਨੇਰੇ, ਕਈ ਦਿਨ ਹੋ ਗਏ ਮੈਨੂੰ ਭੋਜਨ ਨਹੀਂ ਮਿਲਿਆ, ਜਿਉਂ ਆ ਗਿਆ ਮੈਂ ਆਪ ਤ੍ਰਿਪਤਾਵਾਂ ਪੁਨ ਤੂਰਨ ਤੁਮ ਸਾਥ ਸਦਾਵਾਂ, ਵੀ ਮੈਨੂੰ ਤੁਸੀਂ ਆਗਿਆ ਦਿਓ ਵੀ ਮੈਂ ਆਪਣਾ ਭੋਜਨ ਛਕ ਲਵਾਂ ਤੇ ਫਿਰ ਮੈਂ ਤੁਹਾਡੇ ਨਾਲ ਚੱਲਦਾ ਤੁਰਨ ਤੁਰਨ ਜੋਗਾ ਹੋ ਜਮਾ। ਹਾਂਜੀ ਹਾਂਜੀ। ਤੇ ਭਾਈ ਲਾਲੋ ਕਹਿੰਦੇ ਤੂੰ ਸਾਡੇ ਨਾਲ ਚੱਲ, ਅੱਗੇ ਨਗਰ ਆਉਂਦਾ, ਨਗਰ ਦੇ ਵਿੱਚੋਂ ਆਪਾਂ ਕੋਈ ਆਟਾ ਦਾਲ ਚੌਵਲ ਉੱਥੋਂ ਲੈਂਦੇ ਆ, ਫਿਰ ਭੋਜਨ ਤਿਆਰ ਕਰਕੇ ਫਿਰ ਤੈਨੂੰ ਛਕਾ ਦੇਵਾਂਗੇ, ਵੀ ਇੱਥੇ ਹੁਣ ਉਜਾੜ ਦੇ ਵਿੱਚ ਤੈਨੂੰ ਉੱਥੇ ਕੀ ਛਕਾਵਾਂਗੇ। ਉਹ ਕਹਿਣ ਲੱਗੇ ਵੀ ਬੱਚਾ ਜਿਹੜਾ ਕਹਿੰਦਾ ਸੁਣ ਬਾਲਕ ਤਬ ਬਾਕ ਬਖਾਨਾ ਮਮ ਆਹਾਰ ਅਬ ਹੈ ਇਸ ਥਾਨਾ, ਕਹਿਣ ਲੱਗਾ ਵੀ ਮੇਰਾ ਭੋਜਨ ਇੱਥੇ ਹੈਗਾ ਵਾ, ਤੁਸੀਂ ਮੈਨੂੰ ਛੁੱਟੀ ਦਿਓ ਵੀ ਕਹਿ ਦੇ ਵੀ ਛਕਿਆ ਤੇ ਮੈਂ ਆਪਣਾ ਕੰਮ ਕਰਕੇ ਫਿਰ ਮੈਂ ਹੁਣੇ ਤੁਹਾਡੇ ਕੋਲ ਆ ਜਾਣਾ। ਕਹਿਣ ਲੱਗੇ ਭਾਈ ਲਾਲੋ ਨੇ ਆਗਿਆ ਦੇ ਦਿੱਤੀ ਵੀ ਜਾ ਤੂੰ ਜਾ ਕੇ ਆਪਣਾ ਭੋਜਨ ਛਕ ਲੈ, ਜੇ ਤੈਨੂੰ ਆਪਣਾ ਭੋਜਨ ਕਿਸੇ ਦਿਸਦਾ ਪਿਆ ਅਸੀਂ ਇੱਥੇ ਰੁਕ ਜਾਂਦੇ ਹਾਂ ਤਾਂ ਤੂੰ ਆਪਣਾ ਭੋਜਨ ਛਕ ਕੇ ਤੇ ਆ ਜਾ ਵਾਪਸ। ਉਹ ਕਹਿੰਦੇ ਤੈਂ ਧੋਬੀ ਇੱਕ ਬਸਤਰ ਬਖਾ ਰਹੇ ਜਲ ਨਚੋਰ ਸ਼ੁਸ਼ਕਨ ਕੋ ਡਰ ਹੈ, ਜਬ ਲਾਲੋ ਤੇ ਆਗਿਆ ਲੀਨ ਤਤ ਸ਼ਿਨ ਚੜਬੋ ਤਿਸ ਤਨ ਕੀਨ। ਉੱਥੇ ਕਹਿੰਦੇ ਵੀ ਇੱਕ ਧੋਬੀ ਸੀਗਾ ਜਿਹੜਾ ਨਦੀ ਦੇ ਕਿਨਾਰੇ ਦੇ ਉੱਤੇ ਆਪਣੇ ਵਸਤਰ ਜਿਹੜਾ ਸੀਗਾ ਧੋਂਦਾ ਸੀਗਾ, ਇਹ ਜਾ ਕੇ ਤੇਈਆ ਤਾਪ ਜਿਹੜਾ ਕਹਿੰਦੇ ਵੀ ਉਸ ਧੋਬੀ ਨੂੰ ਜਾ ਕੇ ਚਿੰਬੜ ਗਿਆ, ਉਹਨੂੰ ਚੜ ਗਿਆ, ਉਹਨੂੰ ਜਾ ਕੇ ਚੜ ਗਿਆ। ਭਇਓ ਕੰਪ ਧੋਬੀ ਗਿਰ ਪਰਿਓ ਸਰਬ ਸਰੀਰ ਪੀਰਬੋ ਕਰਿਓ ਰੁਦਰ ਨਿਚੋੜ ਲੀਨ ਤਬ ਐਸੇ ਬਸਤਰ ਨਿਚੋੜਤ ਜਲ ਕੋ ਜੈਸੇ। ਕਹਿਣ ਲੱਗੇ ਧੋਬੀ ਨੂੰ ਕੰਬਾ ਛੱਡਣਾ ਸ਼ੁਰੂ ਹੋ ਗਿਆ,
ਜਦੋਂ ਧੋਬੀ ਕੱਪੜੇ ਨਚੋੜਦਾ ਨਾ ਏਦਾਂ ਇਸ ਤੇਈਏ ਤਾਪ ਨੇ ਉਸ ਧੋਬੀ ਦੇ ਸਰੀਰ ਨੂੰ ਨਚੋੜ ਦਿੱਤਾ ਤੇ ਉੱਥੇ ਇੱਕ ਤਹ ਘੱਟ ਫੋਰ ਠੀਕਰਾ ਭਰਿਓ ਲਾਲੋ ਨਿਕਟ ਲਿਆਇਬੋ ਕਰਿਓ ਹਾਂਜੀ ਉਹਦਾ ਘੜਾ ਸੀਗਾ ਤੋੜ ਕੇ ਉਹਦਾ ਠੀਕਰਾ ਉਸ ਧੋਬੀ ਦੇ ਲਹੂ ਦੇ ਨਾਲ ਭਰ ਲਿਆ ਜਿੱਦਾਂ ਉਹਦੇ ਸਰੀਰ ਦੇ ਵਿੱਚ ਲਹੂ ਨਚੋੜ ਲਿਆ ਤੇਈਏ ਤਾਪ ਨੇ ਤੇ ਉਹ ਘੜਾ ਲੈ ਕੇ ਤੇ ਭਾਈ ਲਾਲੋ ਦੇ ਕੋਲ ਆ ਗਿਆ ਆ ਕੇ ਲੱਗੀ ਉਹ ਦਿਖਾਵਣ ਲੇ ਨਿਹਾਰ ਇਸ ਪ੍ਰਕਾਰ ਕੁਮੋਰ ਆਹਾਰ ਆ ਕੇ ਦਿਖਾਉਂਦਾ ਪਿਆ ਆਹ ਮੇਰੀ ਖੁਰਾਕ ਆ ਵੀ ਆਹ ਮੈਂ ਛਕਦਾ ਹੁਣ ਇਹਦੇ ਨਾਲ ਮੈਂ ਤ੍ਰਿਪਤ ਹੁੰਦਾ ਬੜੇ ਚਿਰਾਂ ਦਾ ਮੈਂ ਭੁੱਖਾ ਸੀਗਾ ਮੈਨੂੰ ਬੰਨ ਕੇ ਰੱਖਿਆ ਹੋਇਆ ਸੀਗਾ ਤੇ ਮੈਨੂੰ ਮੇਰੀ ਖੁਰਾਕ ਜਿਹੜੀ ਸੀ ਉਹ ਮਿਲੀ ਨੀ ਅੱਜ ਤੁਸੀਂ ਮੇਰੀ ਖਲਾਸੀ ਕੀਤੀ ਆ ਤਾਂ ਅੱਜ ਮੈਨੂੰ ਆਪਣਾ ਬੜੇ ਚਿਰ ਬਾਅਦ ਜਿਹੜਾ ਭੋਜਨ ਹੈਗਾ ਮੈਨੂੰ ਮੇਰਾ ਮਿਲਿਆ ਆ ਸਰੋਤਿਆਂ ਨੂੰ ਦੱਸ ਦਈਏ ਜੀ ਜਿਹੜੇ ਪੰਜਾਬ ਤੋਂ ਉਹਨਾਂ ਨੂੰ ਤਾਂ ਪਤਾ ਵੀ ਪੰਜਾਬ ਚ ਤਈਆ ਹੁੰਦਾ ਤੇ ਇੱਥੇ ਟਾਈਫਾਇਡ ਕਹਿੰਦੇ ਆ ਬੇਨਤੀ ਆ ਜੀ ਏਦਾਂ ਕਰਦਾ ਉਹ ਫਿਰ ਜਰੂਰੀ ਵੀ ਮਰਜ਼ਾਦਾ ਅਨੁਸਾਰ ਕਥਾ ਸੁਣ ਲੈਣ ਉਹ ਠੀਕ ਆ ਤੇ ਉਹ ਕਹਿਣ ਲੱਗੇ ਸੋਨੇ ਰੁਪਿਖ ਲਾਲੋ ਔਰ ਤਰਾਸਾ ਗਹਿਓ ਪਿੰਜਰੇ ਵਿਖੇ ਨਿਕਾਸਾ ਬੜੀ ਬੁਲਾਏ ਨਾ ਮੈਂ ਕਸ਼ਜਾਨਾ ਸੰਕ ਰੂਰ ਕਰਮਾ ਬਣਾਉਣਾ ਜਦੋਂ ਭਾਈ ਲਾਲੋ ਨੇ ਸੁਣੀ ਉਹਦੀ ਗੱਲ ਤੇ ਦੇਖਿਆ ਉਹ ਪਿਆਲਾ ਜਿਹੜਾ ਘੜਾ ਜਿਹੜਾ ਹੈਗਾ ਲਹੂ ਦੇ ਨਾਲ ਭਰਿਆ ਹੋਇਆ ਕਹਿਣ ਲੱਗੇ ਭਾਈ ਲਾਲੋ ਡਰ ਗਿਆ ਵੀ ਇਹ ਤਾਂ ਮੈਂ ਕਿਹੜੀ ਬਿਪਤਾ ਜਿਹੜੀ ਆ ਆਪਣੇ ਗੱਲ ਪਾ ਕੇ ਬਹਿ ਗਿਆ ਉਹ ਤੁਹਾਡੀ ਉਹ ਏਦਾਂ ਦੀ ਖੁਰਾਕ ਖਾਊਗਾ ਇਹ ਹਨਾ ਇਹਨੂੰ ਹੁਣ ਮੈਂ ਲੈ ਕੇ ਇਹਨੂੰ ਹੁਣ ਮੈਂ ਕਿੱਥੋਂ ਇਹਨੂੰ ਇਹਦੀ ਖੁਰਾਕ ਦੇਵਾਂਗਾ ਵੀ ਸਤਿਗੁਰਾਂ ਨੇ ਇਹਨੂੰ ਬੰਨਿਆ ਹੋਇਆ ਸੀਗਾ ਕਿਸੇ ਕਾਰਨ ਕਰਕੇ ਬੰਨਿਆ ਹੋਇਆ ਸੀ ਵੀ ਮੇਰੇ ਤੋਂ ਗਲਤੀ ਹੋ ਗਈ ਮੈਂ ਜਿਹੜੀ ਇਹਨੂੰ ਇਹਤੇ ਤਰਸ ਕੀਤਾ ਇਹਤੇ ਇਹਦੀ ਖਲਾਸੀ ਸਤਿਗੁਰਾਂ ਦੇ ਕੋਲੋਂ ਕਰਵਾਈ ਵੀ ਇਹ ਹੁਣ ਮੈਨੂੰ ਪਾਪ ਲੱਗੂਗਾ ਵੀ ਮੈਂ ਹੁਣ ਪਤਾ ਨੀ ਕਿੰਨੇ ਲੋਕਾਂ ਨੂੰ ਜਾ ਕੇ ਚੜੂਗਾ ਕਿੰਨੇ ਲੋਕਾਂ ਦਾ ਲਹੂ ਜਾ ਕੇ ਨਚੋੜੂਗਾ ਹਰ ਰੋਜ਼ ਤ੍ਰਿਪਤ ਹੋਣ ਵਾਸਤੇ ਰੱਜਣ ਵਾਸਤੇ ਵੀ ਮੇਰੇ ਤੋਂ ਗਲਤੀ ਹੋ ਗਈ ਆ ਉਹ ਕਹਿੰਦਾ ਵੀ ਗੁਰ ਰੱਖੇਂਗੇ ਕੈਦ ਮੁਜਾਰੀ ਕਹਾਂ ਰੁਦਰ ਕੋ ਪਾਏ ਹਾਰੀ ਸੁਣ ਤੇਈਆ ਚਿਤ ਅਤ ਸ਼ੈ ਤਰਾਸ਼ਾ ਨਹਿ ਲੇ ਜਾਹੋ ਅਬੈ ਗੁਰਪਾਸਾ ਹਾਂਜੀ ਉਹ ਭਾਈ ਲਾ ਲੋ ਕਹਿੰਦਾ ਵੀ ਚੱਲ ਤੈਨੂੰ ਵਾਪਸ ਛੱਡ ਕੇ ਆਵਾਂ ਉੱਥੇ ਹੀ ਜਿੱਥੋਂ ਆਇਆ ਵਾ ਵੀ ਸਤਿਗੁਰੂ ਜਿਹੜੇ ਹੈਗੇ ਉਹੀ ਤੈਨੂੰ ਕੈਦ ਦੇ ਵਿੱਚ ਰੱਖਣਗੇ ਵੀ ਤੇਰਾ ਜਿਹੜਾ ਖੁਰਾਕ ਹੈ ਤੇਰੀ ਤੇਰਾ ਭੋਜਨ ਜਿਹੜਾ ਉਹ ਅਸੀਂ ਕਿੱਥੋਂ ਦੇਵਾਂਗੇ ਤੈਨੂੰ ਹਰ ਰੋਜ਼ ਆਹੋ ਤੇ ਜਦੋਂ ਤੇਈਏ ਨੇ ਸੁਣਿਆ ਕਵੀ ਸੰਤੋਖ ਸਿੰਘ ਕਹਿੰਦੇ ਆ ਵੀ ਉਹ ਬੜਾ ਡਰ ਗਿਆ ਭੈਭੀਤ ਹੋ ਗਿਆ ਵੀ ਜੇ ਮੈਨੂੰ ਹੁਣ ਫਿਰ ਉੱਥੇ ਲੈ ਗਏ ਤੇ ਸਤਿਗੁਰਾਂ ਨੇ ਮੈਨੂੰ ਫਿਰ ਬੰਨ ਲੈਣਾ ਵਾ ਤੇ ਉਹ ਤਰਲੇ ਕਰਦਾ ਮਿੰਨਤਾਂ ਕਰਦਾ ਵੀ ਮੈਨੂੰ ਹੁਣ ਗੁਰੂ ਦੇ ਕੋਲ ਲੈ ਕੇ ਨਾ ਜਾਓ ਮੈਂ ਤੁਹਾਡੇ ਵਾਕਾਂ ਦੇ ਅਨੁਸਾਰ ਹੈ ਜਿੱਦਾਂ ਤੁਸੀਂ ਕਰੋਗੇ ਮੈਂ ਉੱਦਾਂ ਕਰਾਂਗਾ ਉੱਥੇ ਕਹਿੰਦੇ ਵੀ ਤੇਈਏ ਤਾਪ ਨੇ ਫਿਰ ਆਖਿਆ ਵੀ ਅਬ ਤੇ ਅੱਗੇ ਇਹੀ ਪ੍ਰਸੰਗ ਜਿਸ ਵਿਦ ਹੋਇਓ ਹਮ ਤੁਮ ਸੰਗ ਕਹੈ ਕਥਾ ਕੋ ਸੁਣੈ ਸੁਣਾਵੈ ਸ੍ਰੀ ਗੁਰ ਅਮਰ ਨਾਮ ਕੋ ਧਿਆਵੈ ਤਾਂ ਨਾ ਮੈਂ ਦੁੱਖ ਦੇਹੂੰ ਵਿਸਾਲਾ ਸੁਣ ਪ੍ਰਸੰਗ ਗਮਨੋ ਤਤਕਾਲਾ ਉਹ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਅੱਜ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਅੰਦਰ ਜਿੱਦਾਂ ਆਪਣੀ ਇਹ ਸਾਰੀ ਕਥਾ ਕਹਾਣੀ ਹੋਈ ਆ ਜਿਹੜੀ ਆਪਾਂ ਹੁਣ ਸੁਣਾਈ ਹੈ ਜਿੱਦਾਂ ਵੀ ਜੇ ਕੋਈ ਕਹੂਗਾ ਜੇ ਕੋਈ ਸੁਣੂਗਾ ਤੇ ਗੁਰੂ ਅਮਰਦਾਸ ਜੀ ਦਾ ਨਾਮ ਲਊਗਾ ਉਹਨੂੰ ਮੈਂ ਛੱਡ ਜਾਊਂਗਾ ਉਸੇ ਵੇਲੇ ਠੀਕ ਆ ਜਿਹੜਾ ਵੀ ਇਹ ਪ੍ਰਸੰਗ ਸੁਣੂਗਾ ਜਿਹੜਾ ਵੀ ਇਸ ਕਥਾ ਨੂੰ ਪੜੂਗਾ ਜਾਂ ਸੁਣੂਗਾ ਉਹਨੂੰ ਜੇ ਮੈਂ ਚੜਿਆ ਹੋਵਾਂਗਾ ਤਾਂ ਮੈਂ ਉਸੇ ਵੇਲੇ ਉਹਨੂੰ ਛੱਡ ਕੇ ਉਹਨੂੰ ਦੁੱਖ ਨਹੀਂ ਦੇਊਂਗਾ ਇਸ ਵਾਸਤੇ ਕਰਨਾ ਕਰੋ ਸ਼ੋਰਾ ਬਜਾਵੋ ਨਿੱਜ ਉਪਕਾਰ ਕਰਿਓ ਨਾ ਮਿਟਾਵੋ ਬਿਨਾਂ ਸੁਣੀ ਲਾਲੋ ਤਜ ਗਏ ਗੁਰੂ ਕੈਦ ਤੇ ਛੁੱਟ ਪਏ ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਤੇਈਏ ਤਾਪ ਨੇ ਬੇਨਤੀਆਂ ਕੀਤੀਆਂ ਵੀ ਮੇਰੇ ਤੇ ਤਰਸ ਕਰੋ ਜਿਹੜਾ ਤੁਸੀਂ ਮੇਰੇ ਤੇ ਪਹਿਲਾਂ ਪਰਉਪਕਾਰ ਕੀਤਾ ਉਹਨੂੰ ਹੁਣ ਖਤਮ ਨਾ ਕਰੋ ਵਾਪਸ ਗੁਰੂ ਦੇ ਕੋਲ ਨਾ ਭੇਜੋ ਮੈਨੂੰ ਮੈਂ ਵਾਅਦਾ ਕਰਦਾ ਵੀ ਜਿਹੜਾ ਵੀ ਆਪਣਾ ਇਹ ਪ੍ਰਸੰਗ ਜਿਹੜਾ ਪੜੂਗਾ ਸੁਣੂਗਾ ਜੇ ਮੈਂ ਉਹਨੂੰ ਚੜਿਆ ਹੋਊਗਾ ਤੇ ਮੈਂ ਉਹਨੂੰ ਛੱਡ ਜਾਵਾਂਗਾ ਉਹਨੂੰ ਦੁਖੀ ਨੀ ਕਰਾਂਗਾ ਸੋ ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਕਹਿੰਦੇ ਆ ਵੀ ਲਾਲੋ ਉਸ ਬਾਲਕ ਨੂੰ ਛੱਡ ਦਿੱਤਾ ਇਸ ਤਰੀਕੇ ਦੇ ਨਾਲ ਤੇਈਆ ਤਾਪ ਜਿਹੜਾ ਹੈਗਾ ਉਹ ਗੁਰੂ ਦੀ ਕੈਦ ਦੇ ਵਿੱਚੋਂ ਆਜ਼ਾਦ ਹੋ ਗਿਆ ਹੁਣ ਇਹ ਪ੍ਰਸੰਗ ਆ ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਤੇਈਏ ਤਾਪ ਦੇ ਪ੍ਰਸੰਗ ਦੇ ਵਿੱਚ ਇੱਥੇ ਦਰਜ ਕੀਤਾ ਹੋਇਆ ਠੀਕ ਆ ਔਰ ਅਜੇ ਵੀ ਕਈ ਜਗ੍ਹਾ ਤੇ ਹੋਏਗਾ ਨਹੀਂ ਥੋੜਾ ਜਿਹਾ 30-40 ਸਾਲ ਪਹਿਲਾਂ ਤੇ ਇਹ ਗੱਲਾਂ ਆਮ ਸੀਗੀਆਂ ਪਿੰਡਾਂ ਦੇ ਵਿੱਚ ਆਮ ਕਰਕੇ ਜਦੋਂ ਕਿਸੇ ਨੂੰ ਬੁਖਾਰ ਚੜਨਾ ਤੇ ਕਹਿਣਾ ਗੁਰਦੁਆਰੇ ਦੇ ਭਾਈ ਦੇ ਕੋਲ ਲੈ ਕੇ ਜਾਓ ਵੀ ਉਹ ਇਹਨੂੰ ਜਾ ਕੇ ਤੇਈ ਤਾਪ ਦੀ ਕਥਾ ਸੁਣਾਵੇ ਕਥਾ ਸੁਣਾਵੇ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਇਤਿਹਾਸ ਨੂੰ ਮਿਥਾਸ ਦੇ ਵਿੱਚ ਤਬਦੀਲ ਕੀਤਾ ਗਿਆ ਇੱਥੇ ਹੁਣ
क्योंकि मैं पता जो आप एपीसोड स्रोत्या को जाना भी है कई ने जिन्हें शंके करने हैं उन्होंने क्योंकि लोगों के अंदर गल जिदा तुम शुरू च आख्या वा भी जी मत है विकास नहीं हो बच्चों की मत है जी उम्र भावे 60 साल 70 साल 80 साल हो चुकी है पर सोच उथे ही बच्चे की कथा कहानियों के जी है टिकी हुई है रुक गई है हालांकि यह जड़िया है हो सकता बिलीव सिस्टम जरा कई का काम करता जिदा मनोविग्ञानी कहें भी जो 10 बंद ने एको बीमारी हुई हो पांच बंदे नू सही दवाई दी जाए पांच बंदे नू नकली दवाई दी जाए तो दोनों के रिजल्ट सेम ही निकलता एवरेज सेम या एवरेज दोनों जे पंजा दे विचों चार सही ना हुंदे ठीक तो पंजा दे विचों चार जिहड़े ओह गलत दवाई जिहड़ी दवाई नहीं सिर्फ खाली कैप्सूल दे दिते उहदे नाल भी उही फर्क पै जांदा या जो बिलीव सिस्टम है जिहड़ा लोकां दा जिहड़ा हैगा कम करदा है या पर इत्थे जिहड़ी जो असलियत दे विच हैगी है जो मैनूं जापदा सीगा और उस तों बाद फिर मैं जिहड़ी उहदी खोज भी कीती है इत्थे एक दो होर भी ग्रंथां दे विचों देखिया वा क्योंकि हुण इहदे ते शक करदे तुसीं गोइंदवाल जाओगे ना उत्थे एक गुरद्वारा अस्थान इहो जिहा बणिया होया उत्थे एक कोठड़ी आ उहनूं जिहदा संगल लाए होए आ ते उहदे संबंध विच आखिया जांदा वी इत्थे सतगुरु ने तैया ताप जिहड़ा कैद कीता सी ठीक आ अजे जिंदा लगाया है असलियत इस वेल तो नहीं मैं पता पर मैं देखी नहीं सुन दे पर इना है जो गोइंदवाल के गुरुद्वारे का जिक्र पढ़ते हैं ना उन्होंने जिक्र आता वा भी उत्थे एक कोठड़ी हैगी जिसके संबंध में आख्या जाता भी इतने सतगुरु ने तेई ताप नूं कैद किया जबकि असलियत जिहड़ी हैगी आ कि भाई लालो जी जिहड़े आ अपने समय के कहिंदे कहाउंदे वड्डे वैद सन एक हकीम सन जेडे पैकान नाभा ने जो उन्होंने संबंध में दिता हुआ वा और कोठड़ी जिहड़ी आ कोठड़ी असल दे विच ओ सी जिथे जिहड़ा गुरु अमरदास पातशाह महाराज जी का दवाखाना ठीक है जिथे वधिया तो वधिया दवाइयां जड़ियां बूटियां जिहड़ियां सीगियां गुरु अमरदास पातशाह महाराज जी ने उथे रखाइया जिन्हां जड़ियां बूटियां दे नाल तेईया ताप वर्गी जिहड़ी बिमारियां सीगियां जिहड़ियां उस वेले आम सीगियां उन्हां दा इलाज कीता जांदा सी हुण तेईये ताप नूं बन्नण दा भाव ते इह सी वी गुरु अमरदास पातशाह जी ने उत्थे इह प्रबंध पूरे कीते होए सी इहो जिहा वधिया दवाखाना सी सतगुरां दा जिथे हरेक बिमारी दा इस तरीके दे नाल बड़ी सोहणे तरीके दे नाल इलाज कीता जांदा सी हुण उस असलीयत नूं लोकां दे सामने नहीं आउण दित्ता सतगुरां दा उस रूप जिहड़ा हैगा उस शख्सियत जिहड़ी हैगी उह लोकां दे सामने नहीं आउण दित्ती वी सतगुरां ने इहने वधिया वधिया दवाखाने जिहड़े आ उस वेले उस गल नूं जिदा मैजिक दे नाल जोड़ के जादूगरी दे नाल जोड़ के करामात बना के पेश कीता भी इस तरीके दे नाल गुरु अमरदास पातशाह जी ने तेईये ताप नूं कैद कीता ते जे किधर सही तरीके दे नाल साडा इतिहास जिहड़ा हरेक पक्षों लॉजिक दे उत्ते भी पूरा उतरदा वा और उस तरीके दे नाल इस इतिहास नूं पेश कीता जांदा तां किन्ना वधिया हुंदा जिहड़ा जो साडे मन दे अंदर इहो जिहियां कूड कहानियां भरियां होईयां इहो जिहे अंध विश्वास साडे अंदर भरे जांदे आ उहनां तों असीं सुतंत्र होणा सीगा आजाद होणा सी सुरत ने साडी जे ओह होण दिंदे तां जिहड़ा तुसीं गुरुद्वारा साहिब दा जिक्र कीता ओह इतिहासक गुरुद्वारां दे विच उहनां दे गोइंदवाल दे गुरुद्वारां विच आउंदा जिक्र उहदा उत्थे कोठड़ी लिखिया होया कवि संतोख सिंह ने जिथे लिखिया वी ओह कोठड़ी आ जिथे सतगुरां ने ਤੇਈ ਤਾਪ ਨੂੰ ਕੈਦ ਕੀਤਾ ਜਿਸ ਦੇ ਸੰਬੰਧ ਚ ਆਖਿਆ ਜਾਂਦਾ ਵਾ ਪਰ ਉੱਥੇ ਲਿਖਿਆ ਉਹਨਾਂ ਨੇ ਵੀ ਇੱਥੇ ਅਸਲ ਦੇ ਵਿੱਚ ਕੀਮਤੀ ਜੜੀਆਂ ਬੂਟੀਆਂ ਸਤਿਗੁਰਾਂ ਨੇ ਰੱਖੀਆਂ ਹੋਈਆਂ ਸੀਗੀਆਂ ਥੱਲੇ ਫੋਟੋ ਨੋਟ ਜਿਹੜਾ ਉਹਨਾਂ ਨੇ ਦਿੱਤਾ ਹੋਇਆ ਠੀਕ ਆ ਕਿਉਂਕਿ ਹਾਂ ਇੱਕ ਗੜੀ ਬੜੀ ਗੱਲ ਜਿਹੜੀ ਆਮ ਲੋਕਾਂ ਵਾਸਤੇ ਸਮਝਣੀ ਬੜੀ ਔਖੀ ਹੋ ਜਾਂਦੀ ਆ ਜਦੋਂ ਇਹੋ ਜਿਹੇ ਇਤਿਹਾਸ ਸਾਡੇ ਸਾਹਮਣੇ ਰੱਖ ਦਿੱਤੇ ਜਾਂਦੇ ਜਿੱਦਾਂ ਹੁਣ ਬਾਬੇ ਬਕਾਲੇ ਦੀ ਗੱਲ ਕਰਦੇ ਭੋਰੇ ਦੀ ਗੱਲ ਸਾਹਮਣੇ ਆਉਂਦੀ ਆ ਨਾ ਇਸੇ ਤਰੀਕੇ ਹੁਣ ਇਤਿਹਾਸ ਕਿੱਦਾਂ ਇਤਿਹਾਸਕ ਅਸਥਾਨ ਜਿਹੜੇ ਕਿੱਦਾਂ ਬਣ ਜਾਂਦੇ ਆ ਹੁਣ ਤੁਸੀਂ ਗੋਇੰਦਵਾਲ ਦੇ ਗੁਰਦੁਆਰੇ ਦੀ ਗੱਲ ਕਰੋਗੇ ਜਦੋਂ ਉੱਥੇ ਇੱਕ ਅਸਥਾਨ ਉਹ ਵੀ ਹੈ ਜਿਹਨੂੰ ਕਿੱਲੀ ਸਾਹਿਬ ਕਹਿੰਦੇ ਆ ਹੁਣ ਕਈਆਂ ਨੇ ਤੇ ਇਹ ਲਿਖਿਆ ਵੀ ਸਤਿਗੁਰੂ ਉਸ ਕਿੱਲੀ ਨੂੰ ਫੜ ਕੇ ਖੜਦੇ ਸੀਗੇ ਹੁਣ ਕਈ ਸੰਪਰਦਾਇ ਇਹ ਲੋਕ ਕਹਿੰਦੇ ਆ ਵੀ ਗੁਰੂ ਅਮਰਦਾਸ ਆਪਣੇ ਕੇਸ ਜਿਹੜੇ ਕਿੱਲੀ ਦੇ ਨਾਲ ਬੰਨ ਕੇ ਭਗਤੀ ਕਰਿਆ ਕਰਦੇ ਸੀਗੇ ਔਰ ਉਹ ਤਾਂ ਹੁਣ ਪ੍ਰੂਫ ਇਹ ਦੇਣਾ ਦੇਖੋ ਜੀ ਉੱਥੇ ਕਿੱਲੀ ਸਾਹਿਬ ਗੁਰਦੁਆਰਾ ਹੈਗਾ ਗੋਇੰਦਵਾਲ ਵਿਖੇ ਉਹਨੂੰ ਵੀ ਝੂਠ ਕਹੀ ਜਾਂਦੇ ਆ ਜੋ ਪਰ ਜੇ ਹੁਣ ਅਸੀਂ ਉਸ ਗੱਲ ਨੂੰ ਮੰਨੀਏ ਵੀ ਗੁਰੂ ਅਮਰਦਾਸ ਕੇਸ ਕਿੱਲੀ ਦੇ ਨਾਲ ਬੰਨ ਕੇ ਭਗਤੀ ਕਰਦੇ ਹੁੰਦੇ ਸੀ ਵੀ ਰਾਤ ਨੂੰ ਨੀਂਦ ਨਾ ਆ ਜਾਵੇ ਤੇ ਗੁਰਬਾਣੀ ਦਾ ਸਿਧਾਂਤ ਕਿੱਥੇ ਜਾਊਗਾ ਅਨਰਥ ਕੀਤਾ ਗੁਰੂ ਸਾਹਿਬ ਦੇ ਜੀਵਨ ਨਾਲ
ਗੁਰਬਾਣੀ ਤੇ ਇਹਨਾਂ ਕੰਮਾਂ ਦਾ ਖੰਡਨ ਕਰਦੀ ਹੋਵੇ ਤਾਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਹੀ ਆਖਿਆ ਆਖਦੇ ਹੀ ਆ ਵੀ ਉਹ ਆਪਣੇ ਕੇਸ ਜਿਹੜੇ ਆ ਕਿੱਲੀ ਨੂੰ ਬੰਨ ਕੇ ਤੇ ਤਾਂ ਭਗਤੀ ਕਰਿਆ ਕਰਦੇ ਸਨ ਉੱਥੇ। ਹੁਣ ਜੇ ਉਸ ਅਸਥਾਨ ਨੂੰ ਅਸੀਂ ਸਹੀ ਮੰਨਾਂਗੇ ਤੇ ਗੁਰਬਾਣੀ ਦੇ ਸਿਧਾਂਤ ਜਿਹੜੇ ਆਪਣੇ ਆਪ ਝੂਠੇ ਪੈ ਜਾਣੇ ਆ, ਪੈ ਜਾਣੇ ਬਿਲਕੁਲ। ਤੇ ਜੇ ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਸਹੀ ਮੰਨਣਾ ਹੈਗਾ ਵਾ, ਸੱਚ ਮੰਨਣਾ ਵੀ, ਕਿਉਂਕਿ ਉਹ ਫਰਕ ਇਹਨਾਂ ਸਾਨੂੰ ਜ਼ਰੂਰ ਚੇਤੇ ਰੱਖਣਾ ਚਾਹੀਦਾ ਕਿਹਨੂੰ ਸਹੀ ਮੰਨਣਾ ਕਿਹਨੂੰ ਗਲਤ ਮੰਨਣਾ। ਵੀ ਗੁਰਬਾਣੀ ਜਿਹੜੀ ਹੈਗੀ ਆ ਉਹ ਗੁਰੂ ਸਾਹਿਬ ਨੇ ਆਪ ਲਿਖੀ ਆ, ਆਪ ਸਾਂਭੀ ਆ, ਸਾਡੇ ਤੱਕ ਪਹੁੰਚੀ ਆ। ਇਤਿਹਾਸ ਜਿਹੜਾ ਬਾਅਦ ਵਿੱਚ ਲਿਖਿਆ ਗਿਆ, ਹਾਂਜੀ, ਅਸਥਾਨ ਜਿਹੜੇ ਹੈਗੇ ਬਾਅਦ ਵਿੱਚ ਬਣਾਏ ਗਏ ਆ ਸਿਰਫ ਆਪਣੇ ਸਵਾਰਥ ਦੀ ਪੂਰਤੀ ਵਾਸਤੇ। ਇਸੇ ਤਰੀਕੇ ਦੇ ਨਾਲ ਹੀ ਉੱਥੇ ਗੋਇੰਦਵਾਲ ਦੇ ਨਜ਼ਦੀਕ ਥੋੜੀ ਦੂਰੀ ਤੇ ਇੱਕ ਅਸਥਾਨ ਉਹ ਵੀ ਬਣਿਆ ਹੋਇਆ ਨਾ, ਜਿਹਨੂੰ ਗੁਰਦੁਆਰਾ ਸੰਨ ਸਾਹਿਬ ਕਹਿੰਦੇ ਆ, ਹਾਂਜੀ, ਉਹਦੇ ਸੰਬੰਧ ਵਿੱਚ ਵੀ ਇਹ ਕਹਾਣੀ ਆ ਬਣਾਈ ਹੋਈ ਵੀ ਗੁਰੂ ਅਮਰਦਾਸ ਜੀ ਨੇ ਆਖਿਆ ਸੀਗਾ ਵੀ ਜਿਹੜਾ ਇਸ ਸੰਨ ਦੇ ਵਿੱਚੋਂ ਨਿਕਲ ਜਾਊਗਾ ਉਹਦੀ 84 ਕੱਟੀ ਜਾਊਗੀ। ਜਾਂਦੇ ਆ ਲੋਕ ਹੁਣ ਵੀ ਪਿੱਛੇ ਫੋਟੋ ਪਾਈ ਸੀ ਇੱਕ ਨੇ, ਹੁਣ ਉਹ ਲੋਕੀ ਜਾਂਦੇ ਆ, ਉਹ ਲੋਕੀ ਉਸ ਗੱਲ ਨੂੰ ਮੰਨਦੇ ਵੀ ਆ ਜਿਹਨਾਂ ਨੇ ਕਦੇ ਵੀ ਗੁਰਬਾਣੀ ਦੇ ਸਿਧਾਂਤ ਦੇ ਨੇੜੇ ਹੋ ਕੇ ਵੀ ਨਹੀਂ ਦੇਖਿਆ, ਜਿਹੜੇ ਕੇਵਲ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਤੱਕ ਸੀਮਤ ਰਹੇ। ਗੁਰਬਾਣੀ ਜੀਵਨ ਜਾਚ ਆ, ਇਹਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਗੁਰਬਾਣੀ ਦੇ ਸਿਧਾਂਤ ਨੂੰ ਸਮਝ ਆਉਂਦਾ ਤਾਂ ਅਗਲਾ ਕਦੇ ਵੀ ਇਹਨਾਂ ਦੇ ਯਕੀਨ ਬਿਲਕੁਲ ਨਾ ਕਰਦੇ। ਪਰ ਉੱਥੇ ਮੇਲੇ ਲੱਗਦੇ ਆ, ਵੱਡੇ ਵੱਡੇ ਕੀਰਤਨ ਦਰਬਾਰ ਹੁੰਦੇ ਆ, ਪਤਾ ਨੀ ਸੈਂਕੜੇ ਹਜ਼ਾਰਾਂ ਲੋਕੀ ਹਰ ਰੋਜ਼ ਉੱਥੋਂ ਲੰਘ ਕੇ ਆਪਣੀ 84 ਕਟਵਾਈ ਜਾ ਰਹੇ ਆ, ਕੋਈ ਬੋਲੀ ਦੇ ਵਿੱਚ ਨਹਾ ਕੇ ਉੱਥੇ 84 ਕੱਟੀ ਜਾ ਰਹੇ ਆ। ਔਰ ਇਹੋ ਜਿਹੀਆਂ ਗੱਲਾਂ, ਚਲੋ ਫਿਰ ਆਪਾਂ ਉਹਦੇ ਬਾਰੇ ਫਿਰ ਕਿਸੇ ਦਿਨ ਫਿਰ ਵੀ ਆਪਾਂ ਗੱਲ ਕਰ ਲਵਾਂਗੇ। ਹੁਣ ਜਿੱਦਾਂ ਬੋਲੀ ਦੇ ਸੰਬੰਧ ਵਿੱਚ ਵੀ 84 ਵਾਰੀ ਉੱਥੇ ਨਹਾਉਣ ਦੇ ਨਾਲ ਤੁਹਾਡੀ 84 ਕੱਟੀ ਜਾਊਗੀ, ਸਤਿਗੁਰਾਂ ਨੇ ਆਖਿਆ ਨਾ ਹੋਊਗਾ। ਪਹਿਲੀ ਗੱਲ ਜਿਹੜੀ ਹੈਗੀ ਸਤਿਗੁਰੂ ਇਹ ਕਹਿੰਦੇ ਵੀ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲੱਖ ਵਾਰ, ਸ਼ੁਰੂਆਤ ਸਾਡੀ ਇੱਥੋਂ ਕੀਤੀ ਇੱਥੋਂ, ਬਿਲਕੁਲ ਬਿਲਕੁਲ ਉਹਦਾ ਖੰਡਨ ਹੋ ਰਿਹਾ। ਪਹਿਲੀ ਗੱਲ ਜਦੋਂ ਜਪਜੀ ਸਾਹਿਬ ਸ਼ੁਰੂ ਕੀਤਾ ਸਤਿਗੁਰਾਂ ਨੇ, ਪਹਿਲੀ ਗੱਲ ਇਹ ਸਿੱਖ ਨੂੰ ਦ੍ਰਿੜ ਕਰਵਾਈ ਆ ਵੀ ਬਾਹਰ ਨਹਾਉਣ ਦੇ ਨਾਲ ਕਦੇ ਤੂੰ ਸੁੱਚਾ ਨਹੀਂ ਹੋ। ਤੇ ਜਿਹੜੇ 84 ਪੌੜੀਆਂ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਉਹ ਤਾਂ ਸ਼ੁਰੂ ਚ ਹੀ ਅੱਗ ਲੈ ਆ ਜਾਂਦੀ ਆ। 84 ਵਾਰੀ ਸਿੱਖ ਜਾ ਕੇ ਉੱਥੇ ਆਪ ਪੰਕਤੀ ਪੜ੍ਹਦਾ ਤੇ 84 ਵਾਰੀ ਉਸ ਬਾਣੀ ਦੀ ਪੰਕਤੀ ਦੇ ਉਲਟ ਜਾ ਕੇ ਉੱਥੇ ਕਰਮ ਕਰਦਾ, ਉਲਟ ਭਾਵਨਾ ਦੇ ਨਾਲ ਕੰਮ ਕਰਦਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਇਤਿਹਾਸ ਜਿਹੜੇ ਹੈਗੇ ਸਾਡੇ ਸਾਹਮਣੇ ਸਵਾਰਥੀ ਲੋਕਾਂ ਨੇ ਬਣਾ ਕੇ ਪੇਸ਼ ਕੀਤੀ ਆ, ਇਸੇ ਤਰੀਕੇ ਦਾ ਅਸਥਾਨ ਜਿਹੜੇ ਉਸਰਦੇ ਗਏ। ਉਹਦੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਹੈਗੀ ਸਾਡੇ ਕੋਲ ਹੇਮਕੁੰਟ ਦੀ ਹੈਗੀ ਆ, ਕਿਉਂ ਅੱਜ ਤੋਂ 100 ਸਾਲ ਪਹਿਲਾਂ ਹੇਮਕੁੰਟ ਨਾਮ ਦਾ ਕੋਈ ਅਸਥਾਨ ਸਾਡੇ ਸਾਹਮਣੇ ਹੈ ਨਹੀਂ ਜੀ। ਕੋਠੜੀ ਬਣੀ ਹੋਈ ਆ ਉਹ ਜਿੱਥੇ ਗੁਰੂ ਅਮਰਦਾਸ ਜੀ ਨੇ ਤੇਈਏ ਤਾਬ ਨੂੰ ਕੈਦ ਕੀਤਾ ਸੀ, ਉਹਦੀ ਯਾਦਗਾਰ ਹੈਗੀ ਆ। ਵੀ ਇਹ ਝੂਠ ਕਿੱਦਾਂ ਕਹੀ ਜਾਂਦੇ ਆ, ਉਹ ਕੋਠੜੀ ਉਹ ਆ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਵਾਖਾਨਾ ਸੀਗਾ, ਜਿਸ ਕੋਠੜੀ ਦੇ ਅੰਦਰ ਕੀਮਤੀ ਜੜੀ ਬੂਟੀਆਂ ਸਤਿਗੁਰਾਂ ਦੇ ਰੱਖੀਆਂ ਹੋਈਆਂ ਸੀਗੀਆਂ। ਭਾਈ ਲਾਲੋ ਜਿਹੜੇ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਤਕੜੇ ਵੈਦ ਸਨ, ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਕੀਮਤੀ ਜੜੀ ਬੂਟੀਆਂ ਦੇ ਨਾਲ ਜਿਹੜੀਆਂ ਬਿਮਾਰੀਆਂ ਸੀਗੀਆਂ ਉਹਨਾਂ ਨੂੰ ਬੰਨ ਕੇ ਰੱਖਿਆ, ਬੰਨ ਕੇ ਰੱਖਿਆ ਗੋਇੰਦਵਾਲ ਦੇ ਅੰਦਰ। ਏਦਾਂ ਕਹਿ ਸਕਦੇ ਵੀ ਗੋਇੰਦਵਾਲ ਨਗਰ ਸਤਿਗੁਰਾਂ ਨੇ ਬਿਲਕੁਲ ਰੋਗਾਂ ਤੋਂ ਰਹਿਤ ਕੀਤਾ, ਮੁਕਤ ਕੀਤਾ, ਰੋਗਾਂ ਤੋਂ ਮੁਕਤ ਕੀਤਾ ਹੋਇਆ। ਇਸ ਤਰੀਕੇ ਦੇ ਨਾਲ ਪੇਸ਼ ਕਰਨ ਦੀ ਬਜਾਏ ਵੀ ਨਗਰ ਦੇ ਵਿੱਚ ਕੋਈ ਬਿਮਾਰੀ ਨਹੀਂ ਸੀ ਆਉਂਦੀ, ਕਿਉਂਕਿ ਉੱਥੇ ਹਰੇਕ ਬਿਮਾਰੀ ਦਾ ਇਲਾਜ ਸਤਿਗੁਰਾਂ ਨੇ ਮੁਹੱਈਆ ਕਰਵਾਇਆ ਸੀ, ਉਹਨੂੰ ਪੇਸ਼ ਕਰਨ ਦੀ ਜਗ੍ਹਾ ਤੇ ਏਦਾਂ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਤੇਈਏ ਤਾਪ ਵਰਗੀਆਂ ਜਿਹੜੀਆਂ ਹੈਗੀਆਂ ਉਹ ਪ੍ਰਚਲਿਤ ਕਰ ਦਿੱਤੀਆਂ ਗਈਆਂ ਵੀ ਤੇਈਏ ਨੇ ਆਖਿਆ ਵੀ ਅੱਜ ਤੋਂ ਬਾਅਦ ਫਿਰ ਮੈਂ ਗੋਇੰਦਵਾਲ ਨਹੀਂ ਜਾਵਾਂਗਾ। ਮਿੰਟ ਆਪਾਂ ਹੋਰ ਮੈਂ ਲੈ ਲਵਾਂ ਤੁਹਾਡੇ, ਹਾਂਜੀ ਹਾਂਜੀ ਕੋਈ ਨੀ, ਕਿਉਂਕਿ ਉਹ ਵੀ ਥੋੜਾ ਪ੍ਰਸੰਗ ਮੈਂ ਇਹਦੇ ਨਾਲ ਹੀ ਕਰਦੇ। ਜੇ ਹੁਣ ਆਪਾਂ ਇਸ ਗੱਲ ਨੂੰ ਮੰਨਿਆ ਜਾਂ ਜਿਹੜੀ ਆਪਾਂ ਸ਼ੁਰੂ ਚ ਪਹਿਲਾਂ ਗੱਲ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਵੀ ਗੋਇੰਦਵਾਲ ਨਗਰ ਦੇ ਅੰਦਰ ਕੋਈ ਬੱਚਾ ਜਿਹੜਾ ਹੈਗਾ ਮਰੇਗਾ ਨਹੀਂ ਇਸ ਤਰੀਕੇ ਦੇ ਨਾਲ, ਮਾਪਿਆਂ ਦੇ ਸਾਹਮਣੇ ਨਹੀਂ ਮਰੇਗਾ, ਜਾਂ ਜੇ ਕੋਈ ਮਰਿਆ ਵਾ ਤੇ ਸਤਿਗੁਰ ਨੇ ਉਹਨੂੰ ਜਿਉਂਦਾ ਕਰ ਦਿੱਤਾ। ਹੁਣ ਇਹ ਕਹਿਣਾ ਵੀ ਮਰੇਗਾ ਨਹੀਂ ਜਾਂ ਮਰੇ ਨੂੰ ਜਿਉਂਦਾ ਕਰਨਾ ਹੈ ਤੇ ਰੱਬ ਦੇ ਨਿਯਮਾਂ ਦੀ ਉਲੰਘਣਾ ਕਰਨੀ ਆ,
ਜੇ ਆਪਾਂ ਇੱਕ ਪਲ ਵਾਸਤੇ ਇਸ ਗੱਲ ਨੂੰ ਮੰਨਿਆ ਜਾਏ ਵੀ ਏਦਾਂ ਸਤਿਗੁਰਾਂ ਨੇ ਕਿਹਾ ਹੋਏਗਾ ਜਾਂ ਏਦਾਂ ਸਤਿਗੁਰਾਂ ਨੇ ਕੀਤਾ ਹੋਏਗਾ, ਇਹਦਾ ਭਾਵ ਹੁਣ ਮੈਂ ਇਹ ਨੀ ਵੀ ਕੋਈ ਆਖੇ ਵੀ ਇਹ ਆਖਦੇ ਵੀ ਗੁਰੂ ਵਿੱਚ ਸ਼ਕਤੀ ਨੀ, ਵੀ ਸਤਿਗੁਰੂ ਦੇ ਵਿੱਚ ਤਾਕਤ ਹੈ ਨੀ, ਸਤਿਗੁਰੂ ਦੀ ਸ਼ਕਤੀ ਦੇ ਉੱਤੇ ਸ਼ੱਕ ਕਰਦੇ ਆ, ਉਹ ਨੀ ਮੇਰੇ ਕਹਿਣ ਦਾ ਮਤਲਬ। ਮੇਰੇ ਕਹਿਣ ਦਾ ਮਤਲਬ ਵੀ ਸਤਿਗੁਰੂ ਏਦਾਂ ਕਰਦੇ ਸੀਗੇ, ਮੇਰਾ ਸਵਾਲ ਤੇ ਸਵਾਲ ਇਹ ਆ ਵੀ ਕੀ ਸਤਿਗੁਰੂ ਏਦਾਂ ਕਰਦੇ ਜੇ ਕੋਈ ਮਰ ਜਾਂਦਾ ਸੀਗਾ ਤਾਂ ਉਹਨੂੰ ਏਦਾਂ ਜਿਉਂਦਾ ਕਰ ਦਿੰਦੇ ਸੀਗੇ, ਜਾਂ ਸਤਿਗੁਰੂ ਇਹ ਕਹਿੰਦੇ ਸੀ ਏਦਾਂ ਕੋਈ ਮਰੂਗਾ ਨਹੀਂ। ਜੇ ਇਸ ਗੱਲ ਨੂੰ ਮੰਨਿਆ ਜਾਏ ਵੀ ਏਦਾਂ ਸਤਿਗੁਰੂ ਕਿਸੇ ਨੂੰ ਜਿਉਂਦਾ ਕਰ ਦਿੰਦੇ ਸੀ ਜਾਂ ਏਦਾਂ ਮਰਨ ਨਹੀਂ ਸੀ ਦਿੰਦੇ ਕਿਸੇ ਨੂੰ, ਹਾਂਜੀ, ਫਿਰ ਇਸੇ ਸੂਰਜ ਪ੍ਰਕਾਸ਼ ਦੇ ਅੰਦਰ ਇੱਕ ਪ੍ਰਸੰਗ ਹੋਰ ਆਉਂਦਾ ਵਾ। ਉਹ ਪ੍ਰਸੰਗ ਇਹ ਕਹਿੰਦਾ ਵੀ ਇੱਕ ਦਿਨ ਮੱਜਣ ਕਰ ਗੁਰ ਥਿਰੇ ਭਾਨੀ ਆਏ ਦਰਸ ਕੋ ਕਰੇ ਪਿਖ ਤਨਜਾ ਪਰ ਪਰਮ ਕਿਰਪਾਲ ਸ਼੍ਰੀ ਮੁਖ ਤੇ ਬੋਲੇ ਤਿਸਕਾਲ। ਹਾਂਜੀ, ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਬੀਬੀ ਭਾਨੀ ਜਿਹੜੀ ਉਹ ਸਤਿਗੁਰਾਂ ਦੇ ਸਾਹਮਣੇ ਆਈ। ਹਾਂਜੀ, ਤੇ ਬੀਬੀ ਭਾਨੀ ਜਿਹੜੀ ਆ ਉਹ ਸਤਿਗੁਰਾਂ ਦੀ ਪੁੱਤਰੀ ਆ, ਤੇ ਸਤਿਗੁਰਾਂ ਨੇ ਉਹਨੂੰ ਦੇਖ ਕੇ ਇਹ ਆਖਿਆ ਕਹਿਣ ਲੱਗੇ ਵੀ ਰਾਮਦਾਸ ਆਪ ਤਨ ਪਰ ਹਰੇ ਕਹੋ ਪੁੱਤਰੀ ਕਿਆ ਤਬ ਤੂੰ ਕਰੇ। ਹਾਂਜੀ, ਹੁਣ ਬੀਬੀ ਭਾਨੀ ਜੀ ਆ ਉਹ ਜਿਹੜੇ ਹੈਗੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵਿਆਹੇ ਹੋਏ ਆ। ਹਾਂਜੀ, ਗੁਰੂ ਅਮਰਦਾਸ ਪਾਤਸ਼ਾਹ ਬੀਬੀ ਭਾਨੀ ਨੂੰ ਕਹਿੰਦੇ ਆ ਵੀ ਬੇਟਾ ਇਹ ਦੱਸ ਵੀ ਜੇ ਰਾਮਦਾਸ ਹੁਣ ਸਰੀਰ ਛੱਡ ਦੇਵੇ, ਤਿਆਗ ਦੇਵੇ, ਹਾਂਜੀ, ਫਿਰ ਤੂੰ ਕੀ ਕਰੇਗੀ? ਕਹਿਣ ਲੱਗੇ ਬੀਬੀ ਭਾਨੀ ਜੀ ਨੇ ਸੁਣਿਆ, ਜਾਣਦੇ ਸੀਗੇ ਵੀ ਪਿਤਾ ਦੀ ਆਖੀ ਹੋਈ ਗੱਲ ਜਿਹੜੀ ਆ ਉਹ ਕਦੇ ਝੂਠੀ ਨੀ ਹੁੰਦੀ, ਤੋ ਕਹਿਣ ਲੱਗੇ ਬੀਬੀ ਭਾਨੀ ਨੇ ਆਪਣੇ ਨੱਕ ਦੇ ਵਿੱਚ ਜਿਹੜੀ ਉਹ ਸੁਹਾਗ ਦੀ ਨੱਥ ਪਾਈ ਹੋਈ ਸੀਗੀ ਉਹ ਉਤਾਰ ਕੇ ਕਹਿਣ ਲੱਗੇ ਉਹਨੇ ਗੁਰੂ ਅਮਰਦਾਸ ਜੀ ਦੇ ਅੱਗੇ ਰੱਖ ਦਿੱਤੀ। ਹਾਂਜੀ, ਇੱਕ ਤਾਂ ਇਹ ਵੀ ਦੱਸੀ ਜਾ ਰਹੀ ਵੀ ਇਹ ਨੱਥ ਵਗੈਰਾ ਉਸ ਵੇਲੇ ਪਾਈ ਜਾਂਦੀ ਸੀ, ਹੈ ਤਾਂ ਵੈਸੇ ਗੁਲਾਮੀ ਦੀ ਜਿਹੜੀ ਹੈਗੀ ਆ ਪ੍ਰਤੀਕ ਮੰਨਿਆ ਜਾਂਦਾ ਗੁਰਮਤ ਦੇ ਅੰਦਰ ਇਹਨਾਂ ਨੂੰ। ਔਰ ਬੜੀ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਜਿਹੜੀ ਉਹ ਬੰਦ ਕਰਾ ਦਿੱਤੀ ਹੋਵੇ, ਉਹਨਾਂ ਦੇ ਸੰਬੰਧ ਦੇ ਅੰਦਰ ਜਾਂ ਉਹਨਾਂ ਦੇ ਪਰਿਵਾਰ ਦੇ ਅੰਦਰ ਉਹਨਾਂ ਦੀ ਬੱਚੀ ਆਗਿਆਕਾਰੀ ਬੱਚੀ ਦੇ ਸੰਬੰਧ ਵਿੱਚ ਇਹ ਲਿਖਿਆ ਹੋਵੇ ਵੀ ਉਹ ਜਿਹੜੀਆਂ ਗੁਲਾਮੀ ਦੀਆਂ ਚਿੰਨ ਹੈਗੇ ਆ, ਜਿਹਨਾਂ ਹਿੰਦੂ ਧਰਮ ਦੇ ਅੰਦਰ ਖੈਰ ਉਹਨਾਂ ਦੀ ਸਭਿਅਤਾ ਮੰਨੀ ਜਾਂਦੀ ਆ ਪਰ ਉਹਨਾਂ ਬੀਬੀ ਭਾਨੀ ਜੀ ਧਾਰਨ ਕੀਤਾ ਹੋਇਆ ਸੀ, ਖੈਰ ਉਹ ਇੱਕ ਵੱਖਰੀ ਗੱਲ ਆ। ਕਹਿਣ ਲੱਗੇ ਬੀਬੀ ਭਾਨੀ ਨੇ ਨੱਥ ਜਿਹੜੀ ਉਤਾਰ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤੀ ਵੀ ਜੋ ਤੁਹਾਡਾ ਹੁਕਮ ਆ, ਵੀ ਮੈਂ ਕੀ ਕਰ ਸਕਦੀ ਆ, ਜੋ ਫਿਰ ਵਿਧਵਾ ਦਾ ਧਰਮ ਹੈਗਾ ਵਾ ਮੈਂ ਉਹ ਧਰਮ ਨਿਭਾਵਾਂਗੀ। ਕਦੋਂ ਹੁਣ ਵਿਧਵਾ ਦਾ ਧਰਮ ਕੀ? ਕਹਿਣ ਲੱਗੇ ਕਦੋਂ ਚਿਤਾ ਕੇ ਉੱਪਰ ਚੜ੍ਹੋ ਜਰ ਕਰ ਪਤ ਕੇ ਸੰਗ ਸਦਰ ਹੋ ਜੋ ਤੁਮ ਆਗਿਆ ਹੋਏ ਸੋ ਕਰੋ ਨਿਸ਼ਚੈ ਮਰੋ ਸੁਰੇ ਦਾ ਵਿਚਾਰ ਹੋ। ਬੀਬੀ ਭਾਨੀ ਕਹਿੰਦੀ ਮੈਂ ਵੀ ਸਤੀ ਹੋ ਜਾਵਾਂਗੀ। ਹਾਲਾਂਕਿ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਹੁਕਮਨ ਤੌਰ ਤੇ ਜਿੱਦਾਂ ਇਸ ਪ੍ਰਥਾ ਨੂੰ ਬੰਦ ਕਰਵਾ ਚੁੱਕੇ ਉੱਥੇ, ਹਾਂਜੀ, ਸਤੀ ਪ੍ਰਥਾ ਨੂੰ, ਔਰ ਬੀਬੀ ਭਾਨੀ ਦੇ ਮੂੰਹੋਂ ਇਹ ਅਖਵਾਇਆ ਜਾ ਰਿਹਾ ਵੀ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿ ਰਹੀ ਆ ਵੀ ਮੈਂ ਸਤੀ ਹੋ ਜਾਵਾਂਗੀ, ਜੇ ਮੇਰਾ ਪਤੀ ਸਰੀਰ ਤਿਆਗ ਦਿੰਦਾ ਤੇ ਮੈਂ ਉਹਦੇ ਨਾਲ ਹੀ ਚਿਖਾ ਦੇ ਉੱਤੇ ਸੜ ਕੇ ਮਰ ਜਾਵਾਂਗੀ। ਕਹਿਣ ਲੱਗੇ ਸੁਣ ਸ਼੍ਰੀ ਸਤਿਗੁਰ ਬਾਕ ਬਖਾਨੇ ਹੇ ਪੁੱਤਰੀ ਸੁਣ ਸੁਮਤ ਬਹਾਨੇ ਤਨ ਕੋ ਰਾਖ ਭਜੋ ਜਗਦੀਸ਼ ਅਬ ਮੈਂ ਕਰੋ ਤੁਮਾ ਬਖਸ਼ਿਸ਼। ਉਹ ਕਹਿਣ ਲੱਗੇ ਵੀ ਅਸੀਂ ਜੋ ਤੂੰ ਕਿਹਾ ਵਾ ਤੇਰੀਆਂ ਗੱਲਾਂ ਤੇ ਖੁਸ਼ ਹੋਏ ਆ ਵੀ ਹੁਣ ਤੂੰ ਏਦਾਂ ਕਰ ਵੀ ਰਾਮਦਾਸ ਦੀ ਉਮਰ ਜਿਹੜੀ ਉਹ ਤੇ ਅੱਜ ਮੁੱਕ ਜਾਣੀ ਆ, ਅੱਜ ਖਤਮ ਹੋ ਜਾਣੀ ਆ, ਉਹਨਾਂ ਨੇ ਅੱਜ ਸਰੀਰ ਜਿੰਨੀ ਉਹਨਾਂ ਨੂੰ ਉਮਰ ਮਿਲੀ ਹੋਈ ਆ ਰੱਬ ਵੱਲੋਂ ਉਹ ਉਮਰ ਉਹਨਾਂ ਦੀ ਅੱਜ ਪੂਰੀ ਅੱਜ ਉਹਨਾਂ ਦਾ ਆਖਰੀ ਦਿਨ ਆ। ਇਸ ਵਾਸਤੇ ਆਪਣ ਆਰਬਲ ਅਬ ਮੈਂ ਦੇਵੋ ਹਿਤ ਪਰ ਲੋਕ ਗਮਨ ਸ਼ੁਭ ਲੇਵੋ ਇਮ ਕਹਿ ਰਾਮਦਾਸ ਬੁਲਵਾਏ ਨਿਕਟ ਬਿਠਾਏ ਭਲੇ ਸਮਝਾਏ। ਕਹਿਣ ਲੱਗੇ ਮੈਂ ਹੁਣ ਆਪਣੀ ਜਿਹੜੀ ਉਮਰ ਆ ਉਹ ਗੁਰੂ ਰਾਮਦਾਸ ਜੀ ਨੂੰ ਦੇ ਦਿੰਦਾ ਤੇ ਉਹਨਾਂ ਨੂੰ ਆਪਣੀ ਉਮਰ ਦੇ ਕੇ ਮੈਂ ਆਪਣਾ ਸਰੀਰ ਤਿਆਗ ਦਿੰਦਾ। ਕਹਿਣ ਲੱਗੇ ਹੇ ਸੁੱਤ ਤੇਰੀ ਅਬਦ ਬਤਾਈ ਅਬ ਮੈਂ ਜਾਨ ਲੀਨ ਅਗਵਾਈ ਇੱਕ ਸੱਤ ਸੰਮਤ ਆਠ ਤੋਂ ਚਾਰੀ ਆਰਬਲਾ ਹਮਰੇ ਤਨ ਸਾਰੀ। ਕਹਿਣ ਲੱਗੇ ਵੀ ਰਾਮਦਾਸ ਨੂੰ ਬੁਲਾ ਕੇ ਸਤਿਗੁਰਾਂ ਨੂੰ ਆਖਿਆ ਵੀ ਪੁੱਤਰ ਵੀ ਤੇਰਾ ਤਾਂ ਅੱਜ ਆਖਰੀ ਦਿਨ ਆ ਪਰ ਮੇਰੀ ਜਿਹੜੀ ਉਮਰ ਆ ਉਹ 112 ਸਾਲ ਦੀ ਆ ਜਿਹੜੀ ਪਰਮਾਤਮਾ ਵੱਲੋਂ ਮੈਨੂੰ ਮਿਲੀ ਹੋਈ ਆ। ਇਸ ਵਾਸਤੇ ਅਬ ਖੱਟ ਬਰਸ ਇਕਾਦਸ ਮਾਸ ਕਿਉਸ ਅਸ਼ਟ ਦਸ ਛੇ ਸਰਹਾਸ ਇਸ ਵੇਲੇ ਛੇ ਸਾਲ ਗਿਆਰਾਂ ਮਹੀਨੇ ਤੇ 18 ਦਿਨ ਦੀ ਜਿਹੜੀ ਉਮਰ ਹੈਗੀ ਆ ਉਹ ਬਾਕੀ ਰਹਿੰਦੀ ਇਸ ਵੇਲੇ ਤੇ ਮੈਂ ਉਹ ਆਪਣੀ ਉਮਰ ਜਿਹੜੀ ਆ ਤੈਨੂੰ ਦਿੰਨਾ ਤੇ ਮੈਂ ਜਿਹੜਾ ਹੈਗਾ ਅੱਜ ਆਪਣਾ ਸਰੀਰ ਤਿਆਗ ਦਿੰਦਾ। ਹੁਣ ਸਵਾਲ ਇਹ ਪੈਦਾ ਹੁੰਦਾ ਇੱਕ ਪਾਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਇਹ ਦੱਸਿਆ ਜਾ ਰਿਹਾ ਵੀ ਨਗਰ ਦੇ ਅੰਦਰ ਉਹ ਕਿਸੇ ਨੂੰ ਮਰਨ ਨਹੀਂ ਦੇ ਰਹੇ, ਜੇ ਕੋਈ ਮਰ ਵੀ ਜਾਂਦਾ ਤਾਂ ਉਹਨੂੰ ਆਪਣਾ ਚਰਨ ਛੁਆ ਕੇ ਉਹਨੂੰ ਜਿਉਂਦਾ ਕਰ ਦਿੰਦੇ, ਠੀਕ ਕਰ ਲੈਂਦੇ ਜਾਂ
ਤੇ ਦੂਸਰੇ ਪਾਸੇ ਰਾਮਦਾਸ ਜੀ ਨੂੰ ਜਿਉਂਦਾ ਰੱਖਣ ਵਾਸਤੇ ਆਪਣੀ ਉਮਰ ਦੇਣ ਦੀ ਲੋੜ ਕਿਉਂ ਪੈ ਗਈ ਉਹਨਾਂ ਨੂੰ? ਆਪਣਾ ਸਰੀਰ ਤਿਆਗਣ ਦੀ ਲੋੜ ਕਿਉਂ ਪੈ ਗਈ ਉਹਨਾਂ ਨੂੰ? ਹਾਂ ਵੀ ਆਪ ਲੋੜ ਹੀ ਨਹੀਂ ਸੀ ਉਹ ਤਾਂ ਫਿਰ ਜੇ ਇਹ ਇਹ ਮੈਜਿਕ ਦਿਖਾਉਣਾ ਸੀ ਸਤਿਗੁਰਾਂ ਨੇ ਜਾਦੂਗਰੀ ਕਰਾਮਾਤਾਂ ਦਿਖਾਉਣੀਆਂ ਜਾਂ ਦਿਖਾਉਂਦੇ ਰਹੇ ਆ ਉੱਥੇ ਇਸ ਤਰੀਕੇ ਦੇ ਨਾਲ ਤੇ ਰਾਮਦਾਸ ਜਿਹੜੇ ਆਪਣਾ ਸਰੀਰ ਤਿਆਗ ਦਿੰਦੇ ਉਹਨੂੰ ਚਰਨ ਛੁਆ ਕੇ ਫਿਰ ਤੋਂ ਜਿਉਂਦਾ ਕਰ ਦਿੰਦੇ ਆਪਣੀ ਉਮਰ ਦੇਣ ਦੀ ਲੋੜ ਨਹੀਂ ਸੀ ਉਹਦੇ ਵਾਸਤੇ ਆਪਣੀ ਉਮਰ ਜਿਹੜੀ ਹੈਗੀ ਉਹ ਦੇਣ ਦੀ ਕੀ ਜ਼ਰੂਰਤ ਪੈ ਗਈ ਗੁਰੂ ਅਮਰਦਾਸ ਜੀ? ਵੈਸੇ ਵੀ ਉਹ ਕੰਸੈਪਟ ਹੀ ਖਤਮ ਹੋ ਜਾਂਦਾ ਨਾ ਜਦੋਂ ਗੁਰੂ ਸਾਹਿਬ ਕਹਿੰਦੇ ਵੀ ਮੇਰੀ ਉਮਰ ਦੇ ਇੰਨੇ ਸਾਲ ਰਹਿੰਦੇ ਆ। ਇਹ ਗੱਲ ਕਹਿਣ ਦਾ ਅਰਥ ਇਹ ਆ ਵੀ ਜਿਹੜੀ ਗੱਲ ਆ ਜਦੋਂ ਕੋਈ ਮਰਦਾ ਤੇ ਉਹਨੂੰ ਠੀਕ ਕਰ ਲੈਂਦੇ ਉਹ ਆਪਾਂ ਵਿਰੋਧੀ ਆ ਦੋ ਗੱਲਾਂ। ਬਿਲਕੁਲ ਉਹੀ ਮੈਂ ਗੱਲ ਕਰ ਰਿਹਾ ਵੀ ਦੋਨੇ ਆਪਾਂ ਵਿਰੋਧੀ ਆ। ਜਾਂ ਤਾਂ ਫਿਰ ਇਹ ਦੱਸੋ ਵੀ ਪਹਿਲਾਂ ਗੁਰੂ ਅਮਰਦਾਸ ਜੀ ਦੀ 300-400 ਸਾਲ ਦੀ ਉਮਰ ਸੀਗੀ, ਬਾਕੀ ਨਗਰ ਦੇ ਅੰਦਰ ਇੰਨੇ ਲੋਕੀ ਮਰਨ ਵਾਲੇ ਸੀ, ਉਹਨਾਂ ਨੂੰ ਸਤਿਗੁਰੂ ਆਪਣੀ ਉਮਰ ਦੇ ਹੀ ਗਏ ਤੇ ਬਾਅਦ ਚ ਇੰਨੀ ਕੁ ਉਮਰ ਰਹਿ ਗਈ ਤੋਂ ਉਹਨਾਂ ਨੇ ਜਾ ਕੇ ਆਪਣੇ ਰਾਮਦਾਸ ਜੀ ਨੂੰ ਦੇ ਦਿੱਤੀ। ਹਾਲਾਂਕਿ ਉੱਥੇ ਵੀ ਜਿਹੜੀ ਉਮਰ ਆ ਗੁਰੂ ਅਮਰਦਾਸ ਪਾਤਸ਼ਾਹ ਦੀ 112 ਸਾਲ, ਜੇ ਵਿੱਚ 7 ਸਾਲ ਕੱਢ ਵੀ ਦੇਈਏ ਤਾਂ 105 ਸਾਲ ਬਣਦੀ ਆ, ਜਦਕਿ ਉਮਰ ਗੁਰੂ ਅਮਰਦਾਸ ਪਾਤਸ਼ਾਹ ਜੀ ਟੋਟਲ ਜਿਹੜੀ 95 ਸਾਲ ਦੀ ਸੀਗੀ, ਜਿਹੜੀ ਉਹ ਸਰੀਰਕ ਤੌਰ ਤੇ ਸੰਸਾਰ ਦੇ ਅੰਦਰ ਰਹੇ ਆਉਣ। ਖੈਰ ਇਹ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਆਪਾਂ ਵਿਰੋਧੀ ਵੀ ਗੱਲਾਂ ਹੈਗੀਆਂ, ਗੁਰਬਾਣੀ ਨੂੰ ਮਿਥਾਸ ਇਤਿਹਾਸ ਨੂੰ ਜਿਹੜਾ ਹੈਗਾ ਮਿਥਿਹਾਸ ਬਣਾ ਕੇ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਫਿਰ ਉਹੀ ਗੱਲ ਜਿਹੜੀ ਸਤਿਗੁਰਾਂ ਨੇ ਰਾਮਕਲੀ ਸਦ ਦੇ ਅੰਦਰ ਆਖੀ ਆ ਵੀ ਤੁਸੀਂ ਪੁੱਤ ਭਾਈ ਪਰਿਵਾਰ ਬੇਰਾ ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪ੍ਰਵਾਣਾ ਸਿਰੇ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀ। ਹਾਂਜੀ, ਹੁਣ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਖਰੀ ਸਮੇਂ ਦੇ ਉੱਤੇ ਕਹਿੰਦੇ ਪਏ ਆ ਵੀ ਤੁਰ ਲਿਖਿਆ ਪ੍ਰਵਾਣਾ ਸਿਰੇ ਨਾਹੀ, ਵੀ ਰੱਬ ਦਾ ਹੁਕਮ ਜਿਹੜਾ ਉਹਨੂੰ ਕੋਈ ਬਦਲ ਨਹੀਂ ਸਕਦਾ। ਉੱਥੇ ਕਿਧਰੇ ਵੀ ਸਤਿਗੁਰਾਂ ਨੇ ਪੂਰੀ ਬਾਣੀ ਵਿੱਚ ਨਹੀਂ ਲਿਖਿਆ ਵੀ ਰੱਬ ਦਾ ਹੁਕਮ ਤੇ ਰਾਮਦਾਸ ਵਾਸਤੇ ਆਇਆ ਸੀਗਾ ਤੇ ਮੈਂ ਉਸ ਹੁਕਮ ਨੂੰ ਬਦਲ ਦਿੱਤਾ, ਉਹਦੀ ਜਗ੍ਹਾ ਤੇ ਮੈਂ ਜਾ ਰਿਹਾ। ਵੀ ਅਸਲ ਵਿੱਚ ਰੱਬ ਦਾ ਫੁਰਮਾਨ ਜਿਹੜਾ ਸੀਗਾ ਹੁਕਮ ਸੀਗਾ ਰਾਮਦਾਸ ਵਾਸਤੇ ਆਇਆ ਸੀਗਾ। ਉੱਥੇ ਕਹਿੰਦੇ ਵੀ ਜੋ ਰੱਬ ਨੇ ਹੁਕਮ ਲਿਖ ਦਿੱਤਾ ਵਾ ਉਹਨੂੰ ਬਦਲਿਆ ਨਹੀਂ ਜਾ ਸਕਦਾ, ਕੋਈ ਵੀ ਉਹਨੂੰ ਬਦਲ ਨਹੀਂ ਜਾ ਸਕਦਾ। ਇਸ ਵਾਸਤੇ ਮੈਂ ਹੁਣ ਜਿਹੜਾ ਇਸ ਸੰਸਾਰ ਤੋਂ ਜਾ ਰਿਹਾ ਇਹਦਾ ਭਾਵ ਤੇ ਪ੍ਰਮਾਤਮਾ ਦਾ ਮੇਰੇ ਪਰਥਾਏ ਇਹ ਹੁਕਮ ਆਇਆ ਇਸ ਸੰਸਾਰ ਤੋਂ ਕੂਚ ਕਰਨ। ਸੋ ਇਹ ਸਰੋਤਿਆਂ ਨੂੰ ਬੇਨਤੀ ਆ ਜਿਹੜਾ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਸੁਣਦੇ ਹਾਂ ਜੀ ਸਦਕੇ ਇਤਿਹਾਸ ਨੂੰ ਪੜ੍ਹੀਏ ਸੁਣੀਏ, ਪਰ ਇਸ ਗੱਲ ਨੂੰ ਚੇਤੇ ਰੱਖੀਏ ਵੀ ਗੁਰਬਾਣੀ ਜਿਹੜੀ ਆ ਉਹ ਸਤਿਗੁਰਾਂ ਨੇ ਆਪ ਲਿਖੀ ਆ, ਆਪ ਸੰਭਾਲੀ ਆ, ਸਾਡੇ ਤੱਕ ਪਹੁੰਚਾਈ ਆ। ਇਤਿਹਾਸ ਜਿਹੜਾ ਹੈਗਾ ਵਾ ਉਹ ਬਾਅਦ ਵਿੱਚ ਲਿਖਿਆ ਇਤਿਹਾਸਕਾਰਾਂ ਨੇ ਲਿਖਿਆ ਵਾ। ਇਸ ਵਾਸਤੇ ਜਿੱਥੇ ਗੁਰਬਾਣੀ ਕੁਝ ਹੋਰ ਕਹਿੰਦੀ ਹੋਵੇ ਇਤਿਹਾਸ ਕੁਝ ਹੋਰ ਕਹਿੰਦਾ ਹੋਵੇ ਉੱਥੇ ਅਸੀਂ ਗੁਰਬਾਣੀ ਨੂੰ ਹੀ ਤਰਜੀਹ ਦੇਵਾਂਗੇ। ਉਸੇ ਇਤਿਹਾਸ ਨੂੰ ਮਾਨਤਾ ਦਿੱਤੀ ਜਾ ਸਕਦੀ ਆ ਜਿਸ ਇਤਿਹਾਸ ਨੂੰ ਗੁਰਬਾਣੀ ਸਵੀਕਾਰ ਕਰਦੀ ਹੋਵੇ, ਕਿਉਂਕਿ ਇਹ ਕਿਸੇ ਹਾਲਤ ਦੇ ਵਿੱਚ ਵੀ ਇੱਕ ਸਿੱਖ ਅਖਵਾਉਣ ਵਾਲਾ ਨਹੀਂ ਮੰਨ ਸਕਦਾ ਵੀ ਸਤਿਗੁਰੂ ਕਹਿੰਦੇ ਕੁਝ ਹੋਰ ਹੋਵਣ ਤੇ ਕਰਦੇ ਕੁਝ ਹੋਰ ਹੋਰ ਹੋਵੇ। ਬਿਲਕੁਲ ਬਿਲਕੁਲ, ਵੀ ਜਿਹੜੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਆ ਆਪ ਉਸ ਬਾਣੀ ਦੇ ਉਲਟ ਜਿਹੜੇ ਆ ਆਪ ਆਪਣੇ ਜੀਵਨ ਦੇ ਅੰਦਰ ਚਲਦੇ ਰਹੇ। ਸੋ ਠੀਕ ਆ, ਤੁਸੀਂ ਆਪਣਾ ਸਮਾਂ ਹੋ ਗਿਆ ਤੇ ਤੁਸੀਂ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਜਾਰੀ ਰੱਖੋ, ਮਿਲਦੇ ਆ ਆਪਾਂ ਅਗਲੇ ਹਫ਼ਤੇ। ਦਿਓ ਆਗਿਆ, ਧੰਨਵਾਦ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਜੀ ਸਰੋਤਿਆਂ ਨੂੰ ਕੋਈ ਵੀ ਗੱਲਬਾਤ ਜਿਹੜੀ ਇਸ ਸੰਬੰਧ ਵਿੱਚ ਹੋਵੇ ਤਾਂ ਜ਼ਰੂਰ ਤੁਸੀਂ ਆਪਣਾ ਸਵਾਲ ਜਿਹੜਾ ਕਰ ਸਕਦੇ ਆ ਸਾਡੇ ਨਾਲ 0107 ਉੱਤੇ। ਸਰੋਤੇ ਆ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਗੁਰੂ ਫਤਿਹ ਜੀ, ਮੈਂ ਬਸ ਆਹੀ ਗੱਲ ਐਡ ਕਰਨੀ ਸੀ ਵੀ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਉਹ ਆਪਣੇ ਬੰਦਾ ਜੀਦਾ ਕਰਨੇ ਵਾਲੀ, ਹਾਂਜੀ ਇਹ ਗੱਲ ਟਖਾਲੀਆਂ ਤਾਂ ਮੰਨਣੀ ਨੀ, ਪਰ ਉਹਦੇ ਨਾਲ ਉਹਨਾਂ ਲੋਕਾਂ ਨੇ ਵੀ ਨੀ ਮੰਨਣੀ ਜਿਹੜੇ ਜਰਨੈਲ ਸਿੰਘ ਭਿੰਡਰ ਵਾਲੇ ਨੂੰ ਮੰਨਦੇ ਆ, ਕਿਉਂਕਿ ਇਹਦੀ ਸੇਮ ਕਥਾ ਉਹਨਾਂ ਨੇ ਕੀਤੀ ਹੋਈ ਆ ਸੇਮ, ਪਰ ਉਹਦੇ ਵਿੱਚ ਸਿਰਫ ਤੇ ਸਿਰਫ ਆ ਤਈਏ ਵਾਲੀ ਗੱਲ ਨੀ ਕੀਤੀ ਹੋਈ, ਬੁਖਾਰ ਵਾਲੀ। ਅੱਛਾ ਜੀ, ਤੇ ਯੂਟਿਊਬ ਤੇ ਪਈ ਆ ਉਹ ਮ੍ਰਿਤਕੋ ਸਾਸ ਦੇਵੋ ਏਦਾਂ ਕਰਕੇ, ਹਾਂਜੀ ਤੇ ਸਾਡੇ ਇੱਥੇ ਮੈਲਬੋਰਨ ਚ ਤਾਂ ਇਹਨਾਂ ਨੇ ਟਖਾਲੀਆਂ ਨੇ ਸੀਡੀਆਂ ਦੇ ਉੱਤੇ ਲਿਖਿਆ ਸੀ ਮ੍ਰਿਤਕੋ ਜਵਾਲਣ ਹਾਰੇ, ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਮੈਨੂੰ ਲੱਗਦਾ ਸ਼ਬਦਾਂ ਦਾ ਸ਼ਾਇਦ, ਤੇ ਉਹਨੇ ਜਾਣੀ ਕਿ ਐਨ ਸੇਮ ਇਹ ਸਟੋਰੀ ਛਾਪੀ ਹੋਈ ਆ, ਤੇ ਫਿਰ ਹੁਣ ਕਮੈਂਟ ਤਾਂ ਇਹਨਾਂ ਦਾ ਇਹੀ ਹੋਣਾ ਵੀ ਭਿੰਡਰਾਂ ਵਾਲਾ ਝੂਠ ਨੀ ਬੋਲ ਸਕਦਾ, ਫਿਰ ਕਹਿੰਦਾ ਵੀ ਤੁਸੀਂ ਫਿਰ ਉਹ ਨੀ ਕਹਿਣਾ, ਜੇ ਫਿਰ ਅਸੀਂ ਇਹ ਕਹਿਤਾ ਵੀ ਤੁਸੀਂ 11ਵਾਂ ਗੁਰੂ ਮੰਨਦੇ ਆ ਫਿਰ ਥੋੜਾ ਹੋਰ ਦੁੱਖ ਲੱਗ ਜਾਣਾ, ਤੇ ਹੁਣ ਇਹ ਨਿਰਣਾ ਆਪ ਕਰ ਲੈਣ ਜੀ ਵੀ ਇਹਦਾ ਕੀ ਆਂਸਰ ਵਾ। ਤੇ ਚਲੋ ਠੀਕ ਆ ਭਾਈ ਸਾਹਿਬ ਜੀ, ਬਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ।
ਠੀਕ ਆ ਜੀ, ਇਹ ਕੁਛ ਹੈਗਾ ਆ ਜਿਹੜਾ ਆਲੇ ਦੁਆਲੇ ਵਾਪਰ ਰਿਹਾ ਆ। ਹਾਂਜੀ, ਤੇ ਬ੍ਰੇਕ ਤੋਂ ਬਾਅਦ ਫਿਰ ਜੇ ਐਸ ਧਾਲੀਵਾਲ 6 ਫਾਰ ਜਸਟਿਸ ਵਾਲਿਆਂ ਦਾ ਬੁਲਾਰਾ ਜਿਹੜਾ ਉਹਦੀ ਜਿਹੜਾ ਜਿੰਨਾ ਕੁ ਰਹਿੰਦਾ ਉਹਦੇ ਉੱਤੇ ਆਪਾਂ ਦੇਖਦੇ ਹਾਂ ਵਿਚਾਰ ਕਰਕੇ ਠੀਕ ਹੈ ਜੀ ਕਿੰਨਾ ਕੁ ਸਮਾਂ ਲੱਗਦਾ ਜੀ। ਆਓ ਜੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ।